ਵਾਹਿਗੁਰੂ ਸਾਹਿਬ ਜੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸੁਣ ਬੜ ਪਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਨ ਹਿਰਦੈ ਸਮਾਣੀ ਰਾਮ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੈ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਈ ਤਿਹਾ ਹੋ ਕਰੀ ਬਖਿਆਨ ਵਾਹਿਗੁਰੂ ਸਾਹਿਬ ਜੀ ਸੱਚਾ ਬਖਰ ਨਾਮ ਹੈ ਸੱਚਾ ਬਾਪਾਰ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰ ਦੂਜਾ ਪਾਇਕਾਰ ਕਮਾਵਣੀ ਨਿਤ ਟੋਟਾ ਸੰਸਾਰ ਸੱਚੀ ਸੰਗਤ ਥਾਨ ਸੱਚ ਸੱਚੇ ਘਰ ਬਾਰ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰ ਸੱਚੀ ਬਾਣੀ ਸੰਤੋਖੀਆ ਸੱਚਾ ਸ਼ਬਦ ਵਿਚਾਰ ਰਸ ਭੋਗਣ ਪਾਤ ਸਾਹੀਆਂ ਦੁੱਖ ਸੁੱਖ ਸੰਘਾਰ ਮੋਟਾ ਨਾਉ ਤਰਾਈ ਐ ਗੱਲ ਔਗਣ ਭਾਰ ਮਾਣਸ ਦਾਤ ਨਾ ਹੋ ਬਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਤਣੀ ਅਭਗਤ ਅਪਾਰ
ਗੁਰ ਕੀ ਸਬਦ ਜੋਈਐ ਮੁਕਤੇ ਭੰਡਾਰ। ਨਾਨਕ ਮੇਲ ਨਾ ਚੁਕਾਈ ਸੱਚੇ ਬਾਪਾਰ। ਗੁਰ ਸਬਦੀ ਦਰ ਜੋਈਐ ਮੁਕਤੇ ਭੰਡਾਰ। ਨਾਨਕ ਮੇਲ ਨਾ ਚੁਕਾਈ ਸਾਚੇ ਬਾਪਰ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੀ ਹਾਂ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈਏ ਸਾਨੂੰ ਅੰਮ੍ਰਿਤ ਵੇਲੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਵਾਹਿਗੁਰੂ ਜੀ ਵੱਲੋਂ ਮਿਲੇ ਸਵਾਸਾਂ ਨੂੰ ਸਫਲੀਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਜੋ ਆਪਾਂ ਇੱਕ ਓਅੰਕਾਰ ਤੋਂ ਅੰਮ੍ਰਿਤ ਬਾਣੀ ਵਿਚਾਰ ਸਾਹਿਤ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਦੇ ਪਾਵਨ ਦਰਬਾਰਾਂ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਪ ਸਰਵਣ ਕੀਤਾ ਹੈ ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਹੋਇਆ, ਜੋ ਕਿ ਮਾਰੂ ਰਾਗ ਦੇ ਵਿੱਚ ਸਸ਼ੋਭਿਤ ਹੈ। ਸਾਹਿਬ ਜੀਆਂ ਨੇ ਇਸ ਸ਼ਬਦ ਵਿੱਚ ਅੱਠ ਪੌੜੀਆਂ ਦੀ ਕਿਰਪਾ ਕੀਤੀ ਹੈ, ਅਸ਼ਟਪਦੀਆ ਸ਼ਬਦ ਹੈ। ਗੁਰੂ ਰਹਿਮਤ ਸਦਕਾ ਪਹਿਲੀਆਂ ਚਾਰ ਪੌੜੀਆਂ ਸ਼ਬਦ ਦੀਆਂ ਆਪਾਂ ਕੱਲ੍ਹ ਵਿਚਾਰ ਸਹਿਤ ਸਰਵਣ ਕੀਤੀਆਂ ਹਨ। ਰਹਿੰਦੀਆਂ ਚਾਰ ਪੌੜੀਆਂ ਦਾ ਜੋ ਆਪਾਂ ਹੁਣ ਜਾਪ ਸਰਵਣ ਕੀਤਾ, ਜੋ ਵਿਚਾਰ ਅਧੀਨ ਨੇ ਸਾਹਿਬਾ ਕਿਰਪਾ ਕਰਨ ਮਤ ਬੁੱਧ ਬਖਸ਼ਿਸ਼ ਕਰਨ ਆਪਾਂ ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਕਰ ਵਸਾਈਏ, ਜੀਵਨ ਵਿੱਚ ਲਾਗੂ ਕਰੀਏ, ਤਾਂ ਤੇ ਜੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਖੁਸ਼ੀਆਂ ਵਰਤਾ ਰਹੇ ਨੇ, ਆਨੰਦਮਈ ਜੀਵਨ ਦੀ ਜਾਚਨਾ ਦਿੰਦੇ ਹੈ, ਸਾਨੂੰ ਸਮਝ ਆ ਜਾਏ ਅਸੀਂ ਵੀ ਐਸਾ ਸੋਹਣਾ ਜੀਵਨ ਸਤਿਗੁਰਾਂ ਦੇ ਮੁਤਾਲਕ ਆਪਣਾ ਜਿਉਣਾ ਕਰੀਏ, ਅਸੀਂ ਵੀ ਉਹ ਆਨੰਦ ਮਾਣੀਏ ਜੋ ਪਾਤਸ਼ਾਹ ਕਹਿੰਦੇ ਆ ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਾਉ ਹੁਲਾ ਵੀ ਰੰਗ ਮਾਣ ਲੈ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੇਰੇ ਕੋਲ ਜੋਬਨ ਜਵਾਨੀ ਸੋਹਣਾ ਸਰੀਰ ਇਹ ਮਾਨ ਸੁਦੇਹ ਬਖਸ਼ੀ ਹੈ ਪਾਤਸ਼ਾਹ ਨੇ। ਸਾਹਿਬ ਕਹਿੰਦੇ ਯਾਦ ਰੱਖੀ ਭਾਈ ਦਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਜਿਹੜਾ ਚੋਲਾ ਮਿਲਿਆ ਸਰੀਰ ਰੂਪੀ ਚੋਲਾ ਸਾਨੂੰ ਆਤਮਾ ਨੂੰ, ਪਾਤਸ਼ਾਹ ਕਹਿੰਦੇ ਭਾਈ ਇਹਨੇ
ਪੁਰਾਣਾ ਹੋ ਜਾਣਾ, ਭਾਵ ਕਿ ਸਦੀਵੀ ਇੱਕੋ ਜਿਹਾ ਨਹੀਂ ਰਹਿੰਦਾ। ਅਜਿਹੋ ਜਿਹਾ ਭਾਵ ਕਿ ਇੱਕ ਵਾਰੀ ਸਾਡੇ ਕੋਲ ਆ ਤੰਦਰੁਸਤੀ ਹੈ ਨਾ, ਵੀ ਸਦੀਵੀ ਨਹੀਂ, ਜਾਂ ਇਉਂ ਕਹਿ ਲਈਏ ਬਾਲਪਣ ਹੈ, ਸਦਾ ਦਾ ਨਹੀਂ ਹੈ, ਜਵਾਨੀ ਆਉਣੀ ਹੈ। ਜੇ ਜਵਾਨੀ ਜਵਾਨ ਹਾਂ ਤਾਂ ਵੀ ਸਦਾ ਦੀ ਨਹੀਂ, ਬੁਢੇਪਾ ਆਉਣਾ ਹੈ ਅਤੇ ਬੁਢੇਪਾ ਵੀ ਪਾਤਸ਼ਾਹ ਕਹਿੰਦੇ ਨੇ ਸਦੀਵੀ ਨਹੀਂ ਭਾਈ ਮੌਤ ਹੈ। ਤਿੰਨ ਸਟੇਜਾਂ ਸਤਿਗੁਰਾਂ ਦੱਸੀਆਂ ਸਾਨੂੰ, ਸਮਝਾਇਆ ਬਾਲ ਜਵਾਨੀ ਔਰ ਬਿਰਧ ਫੁੱਲ, ਤਿੰਨ ਅਵਸਥਾ ਜਾਣ। ਪਾਤਸ਼ਾਹ ਕਹਿੰਦੇ ਬਾਲਪਣ ਹੈ, ਜਵਾਨੀ ਹੈ, ਬੁਢੇਪਾ ਵੀ। ਇਹ ਜੀਵ ਇਹ ਤਿੰਨ ਅਵਸਥਾ ਨੂੰ ਸਮਝਣਾ ਕਰ, ਸਮਝ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁੱਲ, ਤਿੰਨ ਅਵਸਥਾ ਜਾਣ। ਤਿੰਨ ਅਵਸਥਾ ਨੇ, ਇਹ ਤਿੰਨਾਂ ਅਵਸਥਾ ਵਿੱਚ ਸਤਿਗੁਰਾਂ ਨੇ ਚਾਰ ਸਟੇਜਾਂ ਦਿੱਤੀਆਂ ਨੇ ਵਾਹਿਗੁਰੂ, ਦਸ ਸਟੇਜਾਂ ਵੀ, ਦਸ ਸਟੈਪ ਨੇ ਸਾਡੀ। ਜਿਵੇਂ ਭਾਈ ਆਪਾਂ ਭਾਵ ਕਿ ਸੱਤ 'ਤੇ ਚੜ੍ਹਦੇ ਹਾਂ, ਮਹਿਲ 'ਤੇ ਚੜ੍ਹਦੇ ਹਾਂ ਆਪਾਂ, ਸਟੈਪ ਬਾਈ ਸਟੈਪ ਜਿਹਨੂੰ ਆਪਾਂ ਪੌੜੀਆਂ ਕਹਿ ਦਿੰਦੇ ਹਾਂ, ਵੀ ਪੌੜੀਆਂ ਪਾਤਸ਼ਾਹ ਕਹਿੰਦੇ ਭਾਈ ਇੱਦਾਂ ਹੀ ਇਹ ਆਹ ਜਾਮੇ ਦੀਆਂ ਸਾਡੀਆਂ ਦਸ ਸੌ ਸਾਲ ਤੱਕ ਦੀ ਗੱਲ ਕੀਤੀ ਪਾਤਸ਼ਾਹ ਨੇ। ਉਦਾਂ ਜੀਵਾਤਮਾ ਨੂੰ ਪਰਮਾਤਮਾ ਨਾਲ ਮਿਲਣ ਲਈ ਇਹ 84 ਲੱਖ ਪੌੜੀ ਦੀ ਗੱਲ ਕਰਤੀ ਹੈ, ਵੀ 84 ਲੱਖ ਅਸੀਂ ਭਾਵ ਜੀਵ ਅੱਡੋ ਅੱਡੀ ਜੀਵਾਂ ਦੇ ਵਿੱਚ ਵਿਚਰ ਕਰਕੇ, ਅੱਡੋ ਅੱਡੀ ਦੇਹਾਂ ਸਰੀਰਾਂ ਦੇ ਵਿੱਚ ਵਿਚਰ ਕਰਕੇ ਇੱਥੇ ਤਾਈਂ ਪਹੁੰਚਿਆ ਹੈ। 84 ਲੱਖ ਪਾਤਸ਼ਾਹ ਕਹਿੰਦੇ 84 ਲੱਖ ਜੋਨ ਸਭਾਈ ਮਾਣਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਅਤੇ ਪੌੜੀ ਬਈ ਆਹ ਪੌੜੀ ਭਾਈ ਜਿਹੜੀ ਲੰਘਦਾ ਆ ਰਿਹਾ ਇਹ ਸਟੈਪ ਬਾਈ ਸਟੈਪ ਗਨਾ, ਵੀ ਆਹ ਪੌੜੀ ਹੁਣ ਆਖਰ ਡੰਡਾ ਜੀ ਇੱਥੋਂ ਚੁੱਕ ਗਿਆ ਪਾਤਸ਼ਾਹ ਕਹਿੰਦੇ ਇਸ ਪੌੜੀ 'ਤੇ ਜੋ ਨਰ ਚੁੱਕੈ, ਫਿਰ ਕੀ ਹੈ ਪਾਤਸ਼ਾਹ ਕਹਿੰਦੇ ਜਿਵੇਂ ਭਾਈ ਆਖਰ ਡੰਡਾ ਰਹਿੰਦਾ ਹੋਵੇ ਕਿੰਨਾ ਸੱਤ 'ਤੇ ਚੜ੍ਹਨ ਤੋਂ, ਜੇ ਉੱਥੋਂ ਚੁੱਕ ਜਾਵੇ, ਚੁੱਕਣ ਦਾ ਭਾਵ ਉੱਕ ਗਿਆ, ਡਿੱਗ ਪਿਆ, ਥਿੜਕ ਗਿਆ, ਅਤੇ ਫਿਰ ਸਿੱਧਾ ਹੀ ਫਿਰ ਧਰਤੀ 'ਤੇ ਹੈ, ਫਿਰ ਭਾਵ ਕਿ ਨਾਲੇ ਸੱਟਾਂ ਖਾਏਗਾ ਅਤੇ ਨਾਲੇ ਦੁਬਾਰੇ ਫਿਰ ਓਨੀ ਉਚਾਈ 'ਤੇ ਜਾਣ ਲਈ ਉਹੀ ਸਟੈਪਾਂ ਵਿੱਚ ਉਹੀ ਪੌੜੀਆਂ ਸੀੜੀਆਂ 'ਤੇ ਫਿਰ ਓਨਾ ਹੀ ਸਮਾਂ ਪਾਤਸ਼ਾਹ ਕਹਿੰਦੇ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਇਹ ਅਵਸਥਾ ਨੇ, ਅਤੇ ਦਸ ਆ ਜਾਮੇ ਦੀਆਂ ਕਿਹਾ ਪਾਤਸ਼ਾਹ ਨੇ, 10 ਬਾਲਪਣ, 20 ਸਰਵਣ, 30 ਕਾ ਸੁੰਦਰ ਕਹਾਵੇ, 40 ਪਰ ਹੋਏ 85 ਪੱਗ ਕਿਸੈ, 60 ਕੇ ਬੁਢੇਪਾ ਆਵੇ, 17 ਕਾ ਮਤਹੀਣ, 80 ਕਾ ਵਿਹਾਰ ਨਾ ਪਾਵੇ, 90 ਕਾ ਸੇ ਜਾਸਨੀ ਮੂਲ ਨਾ ਜਾਣੇ ਆਪ ਵੱਲ, ਢੰਡੋਲਨ ਢੋਂਡਨ ਡਿੱਠ ਨਾਨਕ ਜਗ ਤੂਏ ਕਾ ਧਬਲ ਹਰ। ਆਪ ਅਵਸਥਾ ਦਿੱਤੀਆਂ ਪਾਤਸ਼ਾਹ ਨੇ। ਚੋ ਪਾਤਸ਼ਾਹ ਕਹਿੰਦੇ ਆ ਵੀ ਇਹ ਪਿਆਰਿਆ ਇਹ ਜਿਹੜਾ ਤੈਨੂੰ ਸਰੀਰ ਮਿਲਿਆ ਇਹਨੂੰ ਸਮਝਣਾ ਕਰ, ਇਹਦੇ ਨਾਲ ਕੁਝ ਲਾਹਾ ਲੈ ਲੈ। ਲਾਹਾ ਸਦੀਵੀ ਨਹੀਂ, ਇਹ ਸਭ ਆਵਾ ਗਵਣ ਦਾ ਚੱਕਰ। ਕੱਲ੍ਹ ਆਪਾਂ ਇਹ ਵਿਚਾਰ ਕੀਤੀ ਹੈ ਵਿਸਥਾਰ ਦੇ ਨਾਲ, ਪਹਿਲੀਆਂ 4 ਪੌੜੀਆਂ ਦੇ ਵਿੱਚ ਪਾਤਸ਼ਾਹ ਨੇ ਜੋ ਇਸ ਸ਼ਬਦ ਦਾ ਮੇਨ ਆਈਡੀਅਲ ਧੁਰਾ ਹੈ ਰਹਾਓ ਵਾਲਾ ਬੰਦ, ਉਹਦੇ ਵਿੱਚ ਪਾਤਸ਼ਾਹ ਕਹਿੰਦੇ ਤੂੰ ਅਜਰਾਬਰ ਅਮਰ, ਤੂੰ ਮਾਲਕ ਦੀ ਉਸਤਤ ਕਰ ਦਿਓ ਵੀ ਹੈ ਮੇਰੇ ਪਿਆਰੇ ਪਰਮਾਤਮਾ ਵਾਹਿਗੁਰੂ ਸਾਹਿਬਾ, ਤੂੰ ਅਜਰਾਬਰ ਹੈ, ਤੇਰੇ 'ਤੇ ਜਰ ਨਹੀਂ ਹੈ। ਜਰ ਬੁਢੇਪੇ ਨੂੰ ਕਹਿੰਦੇ ਆ, ਵੀ ਤੈਨੂੰ ਬੁਢੇਪਾ ਕੁਝ ਨਹੀਂ ਕਰਦਾ,
ਵਡੇਪਾ ਮਾਲਕ ਤਾਂ ਹੈ ਵੀ ਨਹੀਂ ਹੁੰਦਾ, ਉਹਦਾ ਵਡੱਪਣ ਹੈ। ਵਡੇਪੇ ਅਤੇ ਵਡੱਪਣ ਵਿੱਚ ਫਰਕ ਹੈ। ਜਿਵੇਂ ਆਪਾਂ ਬਜ਼ੁਰਗੀ ਕਹਿ ਦਿੰਦੇ ਹਾਂ, ਜਿਵੇਂ ਬਾਬਾ ਕਹਿ ਦਿੰਦੇ ਹਾਂ ਆਪਾਂ, ਕਿਉਂਕਿ ਬਾਬਾ ਲਫ਼ਜ਼ ਵੀ ਆਪਾਂ ਬਹੁਤ ਆਤ ਗਿਣਤੀ ਤਾਂ ਬਜ਼ੁਰਗਾਂ ਨੂੰ ਹੀ ਵਰਤਦੇ ਹਾਂ, ਪਰ ਬਾਬੇ ਦਾ ਭਾਵ ਹੁੰਦਾ ਵਡੱਪਣ, ਜਿਹਦੇ ਕੋਲ ਵੱਡੀ ਮੱਤ ਹੈ, ਵੱਡਾ ਗਿਆਨ ਹੈ, ਵੱਡੀ ਚੰਗੀ ਵਿਚਾਰ ਹੈ, ਸੋਚ ਹੈ, ਉਹਨੂੰ ਗੁਰੂ ਘਰ ਵਿੱਚ ਬਾਬੇ ਕਿਹਾ ਗਿਆ। ਅਤੇ ਅਸੀਂ ਗੁਰੂ ਪਿਆਰਿਓ ਭਾਵ ਬਜ਼ੁਰਗੀ ਦੇ ਹਿਸਾਬ ਨਾਲ ਉਮਰ ਮੁਤਲਕ ਬਾਬੇ ਕਹਿੰਦੇ ਹਾਂ, ਆਪਾਂ ਤਾਂ ਦਾਦੇ ਨੂੰ ਬਾਬਾ ਜੀ ਕਿਹਾ ਜਾਂਦਾ। ਪਰ ਕਈ ਵਾਰ ਭਾਵ ਛੋਟੀ ਅਵਸਥਾ ਨੂੰ ਕੋਈ ਬਾਬਾ ਕਹਿੰਦਾ ਤਾਂ ਬੜੇ ਤਾਂ ਗੁੱਸਾ ਵੀ ਕਰਦੇ ਆ ਵੀ ਮੇਰੀ ਅਵਸਥਾ ਲਈ ਕੀ ਹੈ ਵੀ ਤੂੰ ਮੈਨੂੰ ਬਾਬਾ ਬਜ਼ੁਰਗ ਬਣਾਈ ਜਾਂਦਾ। ਪਰ ਇਹ ਅਵਸਥਾ ਦੀ ਵਾਰਤਾ ਹੈ। ਗੁਰੂ ਨਾਨਕ ਦੇ ਦਰ ਵਿੱਚ ਇੱਥੇ 3 ਕੁ ਸਾਲ ਦੇ ਨੂੰ ਵੀ ਬੁੱਢਾ ਕਿਹਾ ਗਿਆ। ਬਾਬਾ ਬੁੱਢਾ ਜੀ ਨੂੰ ਨਾਮ ਬੂੜਾ ਸੀ, ਛੋਟੀ ਅਵਸਥਾ ਸੀ। ਜਦੋਂ ਵਿਚਾਰ ਦੇਖੇ ਪਾਤਸ਼ਾਹ ਨੇ ਅਤੇ ਆਖਣਾ ਕੀਤਾ, ਗੱਲਾਂ ਬਾਤਾਂ ਸੁਣ ਕਰਕੇ ਕਹਿੰਦੇ ਬੱਚਾ ਨਾਮ ਕੀ ਹੈ ਤੇਰਾ? ਕਹਿੰਦਾ ਜੀ ਮੈਨੂੰ ਬੂੜਾ ਜੀ ਕਹਿੰਦੇ ਆ ਘਰ ਦੇ। ਬੂੜਾ ਪਾਤਸ਼ਾਹ ਕਹਿੰਦੇ ਤੂੰ ਬੂੜਾ ਨਹੀਂ ਹੈ, ਤੂੰ ਤਾਂ ਭਾਈ ਬੁੱਢਾ ਹੈ। ਤੇਰੀਆਂ ਬਾਤਾਂ ਜਿਹੜੀਆਂ ਨੇ ਵਡੱਪਣ ਵਾਲੀਆਂ ਨੇ, ਚੰਗੀਆਂ ਉੱਚੀਆਂ ਵਿਚਾਰਾਂ ਨੇ, ਤੂੰ ਛੋਟਾ ਨਹੀਂ ਬੂੜਾ ਨਹੀਂ ਹੈ। ਅਤੇ ਉੱਧਰ ਸਾਡੇ ਵੱਡੇ ਬਾਬੇ ਕਹਿ ਲਈਏ ਆਪਾਂ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਵੀ ਅਵਸਥਾ ਕੈਸੀ ਹੈ, ਕਿੰਨੀ ਕੁ ਹੈ? ਬਾਬੇ ਕਹਿੰਦੇ ਹਨ ਆਪਾਂ ਭਾਵ ਕਿ ਗੁਰੂ ਘਰ ਦੇ ਵਿੱਚ ਸੋਚ ਦੀ ਬਾਬਾ ਭਾਵ ਬਜ਼ੁਰਗੀ ਹੈ, ਸੋਚ ਨਾਲ ਇੱਥੇ ਭਾਵ ਕਿ ਸੋਚ ਦੇ ਨਾਲ ਹੀ ਕਿਰਪਾ ਹੈ ਮਾਲਕ ਦੀ। ਅਤੇ ਇੱਥੇ ਤਾਂ ਗੁਰੂ ਪਿਆਰਿਓ ਦੁਨਿਆਵੀ ਜਿਹੜੀ ਵਡੱਪਣ ਹੈ, ਦੁਨਿਆਵੀ ਜਿਹੜਾ ਆਪਾਂ ਕਹਿ ਲਈਏ ਵਡੇਪਾ ਹੈ, ਆਪਾਂ ਤਾਂ ਸਰੀਰ ਦਾ ਬਲ ਥੱਕ ਗਿਆ, ਉਮਰ ਥੋੜ੍ਹੀ ਜ਼ਿਆਦਾ ਹੋ ਗਈ, ਆਪਾਂ ਕਹਿੰਦੇ ਵੀ ਹੁਣ ਇਹ ਬੁੱਢਾ ਹੋ ਗਿਆ ਭਾਈ, ਇਹ ਬਾਬਾ ਹੈ। ਭਾਵ ਫਿਰ ਉੱਥੋਂ ਤਾਂ ਕਈ ਵਾਰ ਤਾਂ ਐਸੀ ਨੌਬਤ ਆਉਂਦੀ ਹੈ ਕੋਈ ਪੁੱਛ ਗਿੱਛ ਵੀ ਨਹੀਂ ਹੁੰਦੀ। ਪਰ ਗੁਰੂ ਘਰ ਦੀ ਜਿਹੜੀ ਬਜ਼ੁਰਗੀ ਹੈ, ਕਿ ਭਾਵੇਂ ਛੋਟੀ ਅਵਸਥਾ ਤੋਂ ਆਪਾਂ ਲਾ ਲਈਏ, ਭਾਵੇਂ ਵੱਡੀ ਅਵਸਥਾ ਪਰ ਦੇਖ ਲਈਏ, ਬਾਬਾ ਦੀਪ ਸਿੰਘ ਜੀ, ਬਾਬਾ ਬੁੱਢਾ ਜੀ, ਕਿੰਨੀ ਅਵਸਥਾ ਤੱਕ ਉਹਨਾਂ ਦਾ ਮਾਣ ਸਤਿਕਾਰ, ਉਹਨਾਂ ਦੀ ਯਾਦ, ਉਹਨਾਂ ਨੂੰ ਅੱਜ ਵੀ ਨਮਸਕਾਰਾਂ। ਪਰ ਇੱਥੇ ਦੁਨਿਆਵੀ ਤੌਰ 'ਤੇ ਤਾਂ 60 ਕੁ ਸਾਲ ਤੱਕ ਵਡੇਪਾ ਵੱਡਾ ਬੁੱਢਾ ਬਜ਼ੁਰਗ ਮੰਨ ਲਿਆ, ਅਤੇ ਉੱਥੇ ਤਾਂ ਪਾਤਸ਼ਾਹ ਕਹਿੰਦੇ ਦੁਨੀਆਦਾਰੀ ਤਾਂ ਕਹਿੰਦੀ ਹੈ 60 ਕੇ ਵਡੇਪਾ ਆਵੇ, 70 ਕਾ ਮਤਹੀਣ, 80 ਕਾ ਬੁਹਾਰ ਨਾ ਪਾਵੇ, ਆ ਵਰਤਾ ਹੈ। ਕਹਿੰਦੇ ਬਸ ਹੁਣ ਤੂੰ ਤਾਂ ਜੋ ਕੁਝ ਕਰਨਾ ਸੀ ਕਰ ਲਿਆ, ਬਸ ਹੁਣ ਤੂੰ ਚੁੱਪ ਕਰਕੇ ਬਹਿ ਜਾ, ਹੁਣ ਅਸੀਂ ਕਰਨ ਵਾਲੇ ਹਾਂ, ਸਾਨੂੰ ਸਮਝ ਹੈ। ਇਹ ਵਾਰਤਾ ਹੈ ਸੁਰਹ ਵਿਚਾਰ। ਪਰ ਪਾਤਸ਼ਾਹ ਕੀ ਕਹਿੰਦੇ ਹੈ ਵੀ ਉਹ ਮੇਰਾ ਮਾਲਕ ਸੱਚਾ, ਉਹ ਤੇ ਭਾਈ ਵਡੇਪਾ ਹੈ ਵੀ ਨਹੀਂ ਹੁੰਦਾ, ਉਹਦੀ ਮੱਤ ਕੋਈ ਹੀਣਤਾ ਵਾਲੀ ਨਹੀਂ ਹੁੰਦੀ। ਇੱਥੇ ਤਾਂ ਪਾਤਸ਼ਾਹ ਨੇ ਆਖਣਾ ਕੀਤਾ ਵੀ ਜਿਹੜਾ ਉਸ ਮਾਲਕ ਨੂੰ ਧਿਆਉਂਦਾ ਹੈ, ਗੁਰਮੁਖ ਬਣ ਕੇ ਚੱਲਦਾ, ਉਹਨਾਂ ਨੂੰ ਵੀ ਪਾਤਸ਼ਾਹ ਆਖਣਾ ਕੀਤਾ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ। ਵਾ ਦੁਨਿਆਵੀ ਬੁੱਢੇ ਨਹੀਂ ਪਾਤਸ਼ਾਹ ਕਹਿੰਦੇ ਨੇ ਵੀ ਮੱਤ ਭਾਵ ਕੇ ਆਪਾਂ ਤਾਂ ਥੋੜ੍ਹੀ ਜਿਹੀ ਬਜ਼ੁਰਗੀ ਆਈ, ਗੱਲਾਂ ਹੀ ਬੰਦਾ ਭੁੱਲਣ ਲੱਗ ਜਾਂਦਾ, ਕਰਨਾ ਕੁਛ ਹੋਰ ਹੀ ਕਰੀ ਜਾਂਦਾ ਹੈ, ਐਸਾ ਭਾਵ ਕਿ ਮਨ ਦਾ ਸੰਤੁਲਨ ਵੀ ਹਿੱਲ ਜਾਂਦਾ। ਪਰ ਪਾਤਸ਼ਾਹ ਕੀ ਕਹਿੰਦੇ ਹੈ ਵੀ ਜਿਹੜੇ ਗੁਰੂ ਦੀ ਮੱਤ ਲੈ ਕੇ ਚੱਲਦੇ ਆ, ਕਿਉਂਕਿ ਸਾਡਾ ਸਾਹਿਬ ਕਦੇ ਭਾਵ ਕਿ ਐਸਾ ਨਹੀਂ ਹੈ।
ਆ ਦੁਨਿਆਵੀ ਬਜ਼ੁਰਗੀ ਨਹੀਂ ਹੈ। ਪਾਸਾ ਕਹਿੰਦੇ ਨੇ ਭਾਈ ਜਿਹੜੇ ਐਸੇ ਮਾਲਕ ਨਾਲ ਜੁੜ ਜਾਂਦੇ ਆ ਉਹਨਾਂ 'ਤੇ ਵੀ ਆ ਰਹਿਮਤ ਹੋ ਜਾਂਦੀ ਆ, ਜਿਹੜੇ ਗੁਰਮੁਖ ਬਣ ਕੇ ਚੱਲਦੇ ਆ। ਗੁਰਮੁਖ ਕਦੇ ਬੁੱਢੇ ਨਾਹੀਂ, ਬਾਣੀ ਵਿੱਚ ਪਾਤਸ਼ਾਹ ਕਹਿੰਦੇ ਆ। ਕਿਉਂ ਨਹੀਂ ਬੁੱਢੇ? ਕਿਉਂਕਿ ਪਾਤਸ਼ਾਹ ਕਹਿੰਦੇ ਜਿੰਨਾ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤੀ ਕਰਕੇ ਗਿਆਨ ਵਸਿਆ, ਗੁਰੂ ਕਾ ਗਿਆਨ ਅੰਦਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਗਿਆਨ ਲੈ ਲਾ ਪਾਤਸ਼ਾਹ ਦੇ ਕੋਲੋਂ, ਗਿਆਨਵਾਨ ਹੋ ਜਾ ਭਾਈ। ਗਿਆਨ ਮਾਲਕ ਵਾਲਾ ਹੀ ਕੰਮ ਆਉਣਾ, ਸਾਡੇ ਗਿਆਨ ਤਾਂ ਸਭ ਫੇਲ ਹੋ ਜਾਂਦੇ ਆ। ਵੇਖਦੇ ਹਾਂ ਬੜੇ ਗਿਆਨ, ਬੜਾ ਕੁਝ, ਬੜੀਆਂ ਤਕਨੀਕਾਂ ਚੱਲ ਰਹੀਆਂ ਨੇ, ਬੜਾ ਹੀ ਕੁਝ ਹੋ ਰਿਹਾ ਸੰਸਾਰ ਦੇ ਉੱਪਰ। ਅੱਜ ਅਸੀਂ ਇਹ ਵਸਤਾਂ ਨੂੰ ਵੇਖ ਕੇ ਰੱਬ ਨੂੰ ਭੁੱਲੀ ਜਾ ਰਹੇ ਹਾਂ। ਕਦੇ ਲਓ ਜੀ ਆਹ ਫਲਾਣੇ ਨੇ ਇੱਡੀ ਵੱਡੀ ਆਹ ਤਕਨੀਕ ਕੱਢ ਦਿੱਤੀ ਹੈ, ਫਲਾਣੇ ਨੇ ਆਹ ਕੁਝ ਬਣਾ ਦਿੱਤਾ, ਫਲਾਣੇ ਆਹ ਕੁਝ ਬਣਾ ਦਿੱਤਾ ਹੈ। ਕਹਿੰਦੇ ਜੀ ਜੇ ਬਸ ਰੱਬ ਰੱਬ ਹੀ ਕਰ ਦੇ ਫਿਰ ਆਹ ਗੱਲਾਂ ਕਿੱਥੋਂ ਹੋਣ? ਜੇ ਰਾਮ ਨਾਮ ਨਾਲ ਹੀ ਜੁੜ ਜਾਈ ਤਾਂ ਆਹ ਕੁਝ ਕਿਵੇਂ ਹੋਵੇ, ਤਰੱਕੀਆਂ ਕਿਵੇਂ? ਪਰ ਅੱਜ ਜੇ ਕਿਤੇ ਆਪਾਂ ਸੋਚ ਕੇ ਵੇਖੀਏ ਨਾ, ਸੋਚ ਕੇ ਪਿਆਰਿਓ, ਇਹ ਜਿਹੜੀਆਂ ਸਾਡੀਆਂ ਕੀਤੀਆਂ ਤਰੱਕੀਆਂ ਨੇ, ਇਹਨਾਂ ਨੇ ਅੱਜ ਸੰਸਾਰ ਦੇ ਵਿੱਚ ਬੜੇ ਦੁੱਖ ਵਧਾ ਛੱਡੇ ਹੈ, ਬੜੇ ਦੁੱਖ। ਕਿਤੇ ਬਰੀਕੀ ਵਿੱਚ ਆਪਾਂ ਸਮਝ ਕੇ ਵੇਖੀਏ, ਆਮ ਤਾਂ ਗੱਲ ਸਾਰੇ ਕਹਿੰਦੇ ਵੀ ਪੁਰਾਣੇ ਬਜ਼ੁਰਗ ਸੀ ਭਾਈ ਤੰਦਰੁਸਤ ਰਹਿੰਦੇ ਸੀ, ਕਹਿੰਦੇ ਚੰਗੇ ਭਾਵ ਕੇ। ਆਹ ਨਵੇਂ ਤੋਂ ਨਵੇਂ ਬਿਮਾਰੀਆਂ ਦੇ ਨਾਮ ਸੁਣਿਆ, ਕਹਿੰਦੇ ਤਾਂ ਸੁਣਨਾ ਹੀ ਨਹੀਂ ਸੀ ਕਦੇ। ਮਾੜਾ ਮੋਟਾ ਕੋਈ ਬੁਖਾਰ ਚੜ੍ਹਦਾ, ਕੋਈ ਮਾੜੀ ਮੋਟੀ ਉੱਨੀ ਕੀ ਹੁੰਦੀ, ਉੱਦਾਂ ਹੀ ਬਸ ਬਈ ਬਲ ਫਲਾਣੀ ਵਸਤੂ ਲੈ ਲੈਂਦੇ ਜੀ, ਬਸ ਉਹਦੀ ਚੁਟਕੀ ਨਾਲ ਹੀ ਆਹ ਹੋ ਜਾਂਦਾ, ਉਹਦੇ ਨਾਲ ਹੀ ਆ। ਕਿਉਂ? ਕਿਉਂਕਿ ਗੁਰੂ ਪਿਆਰਿਓ ਅੰਦਰੂਨੀ ਤੌਰ 'ਤੇ ਉਹਨਾਂ ਦੀ ਤਰੱਕੀ ਸੀ, ਅੰਦਰੋਂ ਸਹੀ ਸਨ, ਮੱਤ ਟਿਕਾਣੀ ਸੀ, ਗਿਆਨ ਸੀ ਅੰਦਰ, ਮਾਲਕ ਨਾਲ ਜੁੜ ਕੇ ਚੱਲ ਰਹੇ ਸੀ। ਅਤੇ ਅੱਜ ਬਾਹਰੀ ਤੌਰ 'ਤੇ ਬੜੀ ਦੂਰ ਤੱਕ ਪਹੁੰਚ ਗਏ, ਪਰ ਅੰਦਰੋਂ ਉੱਥੇ ਹੀ ਖੜ੍ਹੇ ਹਾਂ। ਭਾਵ ਕਿ ਅੰਦਰੋਂ ਸਾਡਾ ਤੋਰਾ ਨਹੀਂ ਹੈ, ਗਿਆਨ ਵੱਲ ਨਹੀਂ ਹਾਂ। ਦੁਨੀਆ ਦਾ ਗਿਆਨ ਤਾਂ ਪਾਤਸ਼ਾਹ ਕਹਿੰਦੇ ਆ, ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇ ਕਾਮ। ਭਾਵ ਕਿ ਆ ਦੁਨੀਆ ਦੇ ਵਿੱਚ ਜੋ ਵਡਿਆਈ ਲਈ ਜੋ ਕੁਝ ਵੀ ਕਰਦੇ ਹਾਂ ਪਿਆਰਿਓ, ਕਿੰਨਾ ਕੁ ਕੰਮ ਆਉਂਦਾ ਹੈ, ਕਿੱਥੇ ਕੁ ਤੱਕ ਆਉਂਦਾ ਹੈ? ਫਿਰ ਸਰੀਰ ਕਰਕੇ ਗੁਰੂ ਪਿਆਰਿਓ ਜਿੰਨਾ ਚਿਰ ਤੰਦਰੁਸਤੀਆਂ ਨੇ ਨਾ, ਜਿੰਨਾ ਚਿਰ ਸਰੀਰ ਚੱਲਦਾ ਸਾਡਾ, ਉਨਾ ਕੁ ਚਿਰ ਹੀ ਦੁਨਿਆਵੀ ਵਸਤਾਂ ਦਾ ਅਸੀਂ ਅਨੰਗ ਮਾਣਦਿਆਂ ਕਹਿ ਲਈਏ। ਪਰ ਜਦੋਂ ਕਿਤੇ ਅਵਸਥਾ ਜਿੱਡੀ ਮਰਜ਼ੀ ਹੋਵੇ, ਸਰੀਰ ਦਾ ਸੰਤੁਲਨ ਖਤਮ ਹੋ ਗਿਆ ਅਤੇ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ, ਭਾਵੇਂ ਕੁਛ ਮਰਜ਼ੀ ਪਿਆ ਹੋਵੇ ਉਹਦਾ ਆਨੰਦ ਨਹੀਂ ਮਾਣਿਆ ਜਾਂਦਾ। ਇਸੇ ਕਰਕੇ ਭਾਵ ਕਿ ਅਸੀਂ ਡੂੰਘਿਆਈ ਵੱਲ, ਮਾਲਕ ਨੇ ਜੋ ਸਾਨੂੰ ਗਿਆਨ ਦਿੱਤਾ ਇੱਧਰ ਨੂੰ ਆਪਾਂ ਮੁੜਨਾ ਕਰੀਏ, ਭਾਵ ਇਸ ਗਿਆਨ ਤੋਂ ਕੰਮ ਲਈਏ, ਇਸ ਗਿਆਨ ਨੂੰ ਲੈ ਕੇ ਚੱਲੀਏ ਤਾਂ ਵਾਹਵਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਬਈ ਐਸੇ ਮਾਲਕ ਨਾਲ ਜੁੜ ਭਾਈ, ਜੇ ਤਾਂ ਜਰ ਹੈ ਵੀ ਨਹੀਂ ਹੁੰਦੀ, ਬੁਢੇਪਾ ਹੈ ਵੀ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਉਹ ਮੇਰਾ ਮਾਲਕ ਹੈ ਜਿਹੜਾ ਅਜਰਾਬਰ ਹੈ, ਪਰ ਬਾਕੀ ਸਭ ਕੁਛ ਪਾਤਸ਼ਾਹ ਕਹਿੰਦੇ ਸਭ ਚੱਲਣਹਾਰੀ, ਸਭ ਚੱਲ ਰਿਹਾ ਗਾਂ ਗਾਂ ਨੂੰ, ਕਿਤੇ ਨੂੰ ਗਾਂ ਵੀ ਕਿਤੇ ਨੂੰ ਜਾਂਦਾ, ਮੌਤ ਵੱਲ ਨੂੰ ਹੀ ਜਾ ਰਿਹਾ ਹੈ। ਜਨਮ ਹੋਈ, ਜਨਮ ਤੋਂ ਇਹਨੇ ਤੁਰਨਾ ਕੀਤਾ ਅਤੇ ਤੁਰਦਾ ਕਿੱਧਰ ਨੂੰ ਹੈ? ਮੌਤ ਵੱਲ ਨੂੰ, ਮੰਜ਼ਿਲ ਵੱਲ ਨੂੰ ਜਾ ਰਿਹਾ। ਅਤੇ ਪਾਤਸ਼ਾਹ ਕਹਿੰਦੇ ਨੇ ਉਹੀ ਮਾਲਕ ਐਸਾ ਭਾਈ ਉਹਦੇ ਨਾਲ ਜੁੜੀਏ ਤਾਂ ਤੇ ਉਹਦੀ ਵਡਿਆਈ ਕਰਦੇ ਹੋਏ। ਸੱਚੇ ਪਾਤਸ਼ਾਹ ਕਹਿੰਦੇ ਐ ਮੇਰੇ ਸਾਹਿਬ ਤੂੰ ਅਜਰਾਬਰ, ਅਮਰ ਤੂੰ, ਪਾਤਸ਼ਾਹ ਤੂੰ ਅਜਰਾਬਰ ਹੈ, ਤੇਰੇ 'ਤੇ ਬੁਢੇਪਾ ਕੋਈ ਨਹੀਂ ਹੈ। ਐ ਪਾਤਸ਼ਾਹ ਤੂੰ ਅਮਰ ਹੈ, ਤੇਰੇ 'ਤੇ ਮੌਤ ਕਦੇ ਨਹੀਂ ਆਉਂਦੀ।
ਤੂੰ ਅਮਰ ਹੈ ਪਾਸਾ, ਸਭ ਚਾਲਣ ਹਾਰ ਹੀ ਸਾਰੀ ਦੁਨੀਆ ਚੱਲਣ ਹਾਰ ਹੈ। ਪਰ ਪਾਸਾ ਨਾਲ ਕਹਿੰਦੇ ਨਾਮ ਰਸੈਣ ਭਾਈ ਲੈ, ਪਰ ਹਰ ਦੁੱਖ ਭਾਰੀ ਕਹਿੰਦੇ ਐ ਮੇਰਿਆ ਮਨਾ, ਐ ਪਿਆਰਿਆ ਨਾਮ ਦੇ ਰਸੈਣ ਨੂੰ ਤੂੰ ਵੀ ਚੱਖ ਲੈ, ਤੂੰ ਵੀ ਨਾਮ ਰਸੈਣ ਨਾਲ ਜੁੜ ਜਾ, ਤੇਰੇ ਸਾਰੀ ਭਾਰੀ ਦੁੱਖ ਵੱਡੇ ਤੋਂ ਵੱਡੇ ਦੁੱਖ ਪਰ ਹਰ ਭਾਵ ਪਰੇ ਹੋ ਜਾਣਗੇ, ਤੇਰੇ ਤੋਂ ਲਾਂਭੇ ਹੋ ਜਾਣਗੇ, ਦੂਰ ਹੋ ਜਾਣਗੇ। ਆਓ, ਸਤਿਗੁਰਾਂ ਨੇ ਇਹ ਕਿਰਪਾ ਕੀਤੀ ਹੈ, ਪਹਿਲੀਆਂ ਚਾਰ ਪੌੜੀਆਂ ਆਪਾਂ ਗੁਰੂ ਰਹਿਮਤ ਸਦਕਾ ਸਰਵਣ ਕੀਤੀਆਂ ਨੇ, ਕੱਲ ਵਿਚਾਰ ਸਹਿਤ ਅੱਜ ਰਹਿੰਦੇ ਬਾਕੀ ਸ਼ਬਦ ਭਾਵ ਚਾਰ ਪੌੜੀਆਂ ਜਿਨ੍ਹਾਂ ਦਾ ਜਾਪ ਆਪਾਂ ਸਰਵਣ ਕੀਤਾ ਸਤਿਗੁਰੂ ਰਹਿਮਤ ਕਰਨ। ਆਪਾਂ ਹੁਣ ਵਿਸਥਾਰ ਵਿੱਚ ਨਾ ਜਾਈਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਆਓ ਆਪਾਂ ਸਮਝਣਾ ਕਰੀਏ ਜੋ ਪੰਜਵੀਂ ਪੌੜੀ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸੱਚਾ ਬਖਰ ਨਾਮ ਹੈ ਲਾਹਾ ਨਾਮ ਸੰਸਾਰਾ, ਗੁਰਮਤੀ ਸੱਚਾ ਬਖਰ ਨਾਮ ਹੈ ਸੱਚਾ ਵਪਾਰਾ, ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ। ਪਾਸਾ ਕਹਿੰਦੇ ਸੱਚਾ ਬਖਰ ਨਾਮ ਹੈ, ਸੱਚਾ ਅਸਲ ਵਿੱਚ ਸੱਚੀ ਵਸਤੂ ਜਿਹੜਾ ਸੱਚ ਦਾ ਵਪਾਰ ਹੈ ਇਹ ਭਾਈ ਨਾਮ ਨਾਲ ਹੈ, ਨਾਮ ਨਾਲ। ਨਾਮ ਸੱਚ ਹੈ, ਭਾਵ ਕਿ ਜੇ ਸੱਚ ਨੂੰ ਲੈ ਕੇ ਆਪਾਂ ਕੋਈ ਵੀ ਧੰਦਾ ਕਰਦੇ ਹਾਂ, ਵਪਾਰ ਕਹਿਤੇ ਪਾਤਸ਼ਾਹ ਨੇ, ਬਈ ਕੋਈ ਵੀ ਆਪਾਂ ਵਪਾਰ ਕਰ ਰਹੇ ਹਾਂ ਸੱਚ ਨੂੰ ਲੈ ਕੇ, ਤਾਂ ਪਾਤਸ਼ਾਹ ਕਹਿੰਦੇ ਇਸ ਸੱਚ ਨਾਮ ਦੇ ਨਾਲ ਕੀਤਾ ਹੋਇਆ ਵਪਾਰ ਸੰਸਾਰ ਵਿੱਚ ਲਾਹਾ ਪ੍ਰਾਪਤ ਹੁੰਦਾ, ਲਾਹਾ ਪ੍ਰਾਪਤ ਹੁੰਦਾ। ਗੁਰੂ ਪਿਆਰਿਓ, ਵੀ ਆਹ ਜੀਵਨ ਦਾ ਵੀ ਲਾਹਾ ਮਿਲ ਜਾਂਦਾ ਜੇ ਸੱਚ ਕਰਕੇ ਸਹੀ ਤਰੀਕੇ ਨਾਲ ਆਪਾਂ ਵਪਾਰ ਕਰੀਏ। ਕਿਤੇ ਹੀ ਨਹੀਂ ਵੀ ਨਾਮ ਦੀ ਭਾਵ ਕੇ ਪਾਤਸ਼ਾਹ ਨੇ ਬਈ ਵਾਹਿਗੁਰੂ 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 ਕਰੀ ਜਾਂ ਅੱਲਾ ਅੱਲਾ ਕਰੀ ਜਾਂ ਰਾਮ ਰਾਮ ਕਰੀ ਜਾ, ਵੀ ਇਹ ਲਾਹਾ ਹੈ। ਅਸਲ ਵਿੱਚ ਸੱਚ ਨਾਮ ਹੈ, ਭਾਵ ਕੇ ਸੱਚ ਜਿਹਦੇ ਜੀਵਨ ਵਿੱਚ ਸਮਝ ਕੇ ਉਹ ਨਾਮ ਨਾਲ ਜੁੜਿਆ ਹੋਇਆ, ਜਿਹਦੇ ਜੀਵਨ ਵਿੱਚ ਝੂਠ ਹੈ ਪਿਆਰੇ ਉਹ ਜਿੰਨਾ ਮਰਜ਼ੀ ਵਿਖਾਵਾ ਸਾਡੇ ਅਰਗੇ ਕਰੀ ਜਾਣ, ਭਾਵ ਜਿੰਨੀਆਂ ਮਰਜ਼ੀ ਚੌਕੜੀਆਂ ਲਾਈ ਜਾਣ, ਮਾਲਾ ਫੇਰੀ ਜਾਣ, ਜੋ ਮਰਜ਼ੀ ਕਰੀ ਜਾਣ, ਪਰ ਜੇ ਅੰਦਰੋਂ ਸੱਚ ਨਾਲ ਨਾ ਜੁੜੇ, ਸੱਚ ਨੂੰ ਨਾ ਸਮਝਿਆ। ਕਿਉਂਕਿ ਪਾਤਸ਼ਾਹ ਨੇ ਇਹ ਬਚਨ ਕਹਿ ਦਿੱਤਾ, ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚੇ ਆ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਭਾਈ ਹੋਰ ਨੇ, ਮਨਾਂ ਵਿੱਚ ਹੋਰ ਕੁਝ ਚੱਲ ਰਿਹਾ, ਅਤੇ ਮੁੱਖ ਤੋਂ ਬੋਲੀ ਸਾਡੀ ਹੋਰ ਕੋਈ ਹੈ। ਬਾਹਰੀ ਤੌਰ 'ਤੇ ਅਸੀਂ ਬਾਣੀ ਭਾਵੇਂ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਅਤੇ ਅੰਦਰ ਉਹ ਨਾਮ ਦਾ ਕਣਕਾ ਹੈ ਨਹੀਂ ਵਸਿਆ, ਉਹ ਬਾਣੀ ਵਾਲਾ ਸੁਭਾਅ ਅੰਦਰੋਂ ਨਹੀਂ ਬਣਿਆ। ਅਤੇ ਮਾਲਕ ਹੀ ਕਹਿੰਦੇ ਸੇ ਕਾਢੇ ਕੱਚੇ ਆ, ਕਹਿੰਦੇ ਉਹਨਾਂ ਨੂੰ ਕੱਢਿਆ ਜਾਂਦਾ। ਕੱਢਣਾ ਕਿੱਥੇ, ਭਾਵ ਕਿ ਗੁਰੂ ਦਰਗਾਹ ਵਿੱਚ ਥਾਂ ਨਹੀਂ ਹੈ। ਪਾਤਸ਼ਾਹ ਕਹਿ ਰਹੇ ਨੇ, ਵਚਨ ਕਰ ਰਹੇ ਨੇ, ਜਿਹਨੂੰ ਆਪਾਂ ਕਹਿੰਦੇ ਵੀ ਸੱਚ ਖੰਡ ਦਾ ਵਾਸੀ ਹੋ ਜੇ, ਸੱਚ ਖੰਡ 'ਚ ਥਾਂ ਮਿਲਦੇ। ਪਾਤਸ਼ਾਹ ਕਹਿੰਦੇ ਭਾਈ ਜੇ ਸੱਚ ਬਣਿਆ ਹੋਊਗਾ ਤਾਂ ਹੀ ਸੱਚ ਨੂੰ ਹੀ ਸੱਚ 'ਚ ਥਾਂ ਮਿਲੂ, ਕਿਉਂਕਿ ਜਿੱਥੇ ਜਿਹੜੀ ਵਸਤੂ ਹੈ, ਜਿੱਥੇ ਕਬਾੜ ਹੈ ਪਿਆਰੇ, ਉੱਥੇ ਅਕਬਾੜ ਨੂੰ ਇਕੱਠਾ ਕੀਤਾ ਜਾਂਦਾ। ਬੜੇ ਹੁਣ ਤਾਂ ਬਹੁਤ ਹੀ ਉਦਾਹਰਨਾਂ ਦੀ ਲੋੜ ਨਹੀਂ, ਭਾਵ ਕਿ ਆਪਾਂ ਵੇਂਦੇ ਹੀ ਹਾਂ ਨਾ, ਕਿੱਡੇ ਕਿੱਡੇ ਗੁਰੂ ਪਿਆਰਿਓ ਭੰਡਾਰੇ, ਭਾਵ ਕਿ ਢੇਰਾਂ ਦੇ ਢੇਰ ਲਾਏ ਪਏ ਨੇ ਕਬਾੜ ਇਕੱਠੇ ਕਰ ਕਰਕੇ, ਨਗਰਾਂ ਵਿੱਚੋਂ ਆਉਂਦੇ ਆ ਥੋੜ੍ਹਾ ਥੋੜ੍ਹਾ ਇਕੱਠਾ ਕਰਕੇ, ਕਿੱਥੇ ਪਹੁੰਚਦੇ ਆ, ਉੱਥੇ ਜਿੱਥੇ ਢੇਰ ਨੇ। ਇਉਂ ਹੀ ਪਾਤਸ਼ਾਹ ਨੇ ਕੂੜ ਦੀ ਗੱਲ ਕੀਤੀ ਵੀ ਕੂੜਾ ਭਾਈ ਇਕੱਤਰ ਕਰਦੇ ਹਾਂ, ਨਿੱਤ ਸਾਡੀਆਂ ਬੀਬੀਆਂ ਭੈਣਾਂ ਮਤਾਵਾਂ
ਝਾੜੂ ਪੋਚੇ ਘਰਾਂ 'ਚ ਕਰਦੇ ਅਤੇ ਕੂੜਾ ਭਰਦੇ ਆ, ਜਿਹੜਾ ਘਰ ਵਿੱਚ ਹੁੰਦਾ ਕਿੱਥੇ ਜਾਂਦਾ? ਕੂੜ ਦੇ ਢੇਰ 'ਤੇ, ਵੀ ਕੂੜ ਦੇ ਢੇਰ 'ਤੇ ਹੀ ਜਾਂਦਾ, ਕਿਉਂਕਿ ਉਹਦਾ ਸਥਾਨ ਹੀ ਉਹ ਰਚਿਆ ਗਿਆ ਵੀ ਇੱਥੇ ਭਾਈ ਇਕੱਤਰ ਕਰਨਾ ਰੂੜੀ ਨੂੰ, ਕੂੜੇ ਨੂੰ। ਇਉਂ ਹੀ ਜਿੱਥੇ ਪਿਆਰਿਓ ਜੋ ਵਸਤੂ ਹੈ ਉੱਥੇ ਹੀ ਵਸਤੂ ਜਾਂਦੀ ਹੈ। ਇਉਂ ਹੀ ਪਾਤਸ਼ਾਹ ਕਹਿੰਦੇ ਆ, ਜੇ ਸਾਡੇ ਜੀਵਨ ਵਿੱਚ ਕੂੜੀ ਕੂੜ ਅੰਦਰ ਭਰਿਆ ਪਿਆ ਅਤੇ ਇਹਨੇ ਕੂੜ ਕਿੱਥੇ ਜਾਣਾ? ਨਰਕ ਵਿੱਚ ਹੀ ਜਾਣਾ, ਕੂੜ ਵਿੱਚ ਹੀ ਜਾਣਾ। ਕਿਉਂਕਿ ਪਾਤਸ਼ਾਹ ਕਹਿੰਦੇ ਕੁੜਿਆਰ ਕੁੜਿਆਰੀ ਜਾਏ ਰਲੇ, ਕੁੜਿਆਰ ਕੂੜ ਵਾਲੇ ਕੁੜਿਆਰੀ ਜਾ ਰਹੇ, ਕਦੇ ਤਾਂ ਕੂੜ 'ਚ ਜਾ ਕੇ ਰਲਦੇ ਹੈ। ਸੱਚਿਆਰ ਸਿੱਖ ਜਿਹੜੇ ਸੱਚ ਨਾਲ ਜੁੜੇ, ਜਿਨ੍ਹਾਂ ਨੂੰ ਸੱਚਿਆਰ ਹੋਣਾ ਆ ਗਿਆ, ਉਹ ਗੁਰੂ ਕੇ ਸਿੱਖ ਪਾਤਸ਼ਾਹ ਕਹਿੰਦੇ ਨੇ ਸੱਚਿਆਰ ਸਿੱਖ ਜਾਏ ਬਹੇ ਸਤਿਗੁਰ ਪਾਸ, ਉਹ ਸਤਿਗੁਰੂ ਦੇ ਪਾਸ ਬੈਠਦੇ ਆ। ਦੁਨਿਆਵੀ ਤੌਰ 'ਤੇ ਵੀ ਦੁਨੀਆਂ 'ਚ ਰਹਿੰਦੇ ਵੀ ਆ ਗੁਰੂ ਸਾਹਿਬ ਸੱਚੇ ਸਤਿਗੁਰਾਂ ਦੇ ਹਜ਼ੂਰ ਬੈਠਦੇ ਆ ਸਮਾਂ ਕੱਢ ਕੇ, ਅਤੇ ਆਖਰ ਨੂੰ ਵੀ ਆਪਾਂ ਇਹੀ ਗੁਰੂ ਕੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਹਾਂ ਵੀ ਸੱਚਿਆ ਪਾਤਸ਼ਾਹ ਆਪਣੇ ਚਰਨਾਂ ਵਿੱਚ ਸਥਾਨ ਦੇ ਦਿਓ। ਹੁਣ ਮਾਲਕ ਕੀ ਕਹਿੰਦੇ ਆ? ਪਾਤਸ਼ਾਹ ਕਹਿੰਦੇ ਪਿਆਰਿਆ ਸੱਚਿਆਰ ਹੋ ਜਾ, ਤੈਨੂੰ ਸਥਾਨ ਮਿਲ ਜਾਏਗਾ। ਸਮਾਂ ਨਹੀਂ ਹੈ ਆਜ਼ਾਦ ਤੁਹਾਡਾ, ਬੜੀ ਵਾਰ ਆਪਾਂ ਗਾਥਾ ਸਾਂਝੀ ਕੀਤੀ ਹੈ। ਗੁਰੂ ਪਿਆਰਿਓ ਭਾਈ ਡੱਲੇ ਨੇ ਗੁਰੂ ਪਾਤਸ਼ਾਹ ਨੂੰ ਆਖਿਆ ਸੀ ਸੱਚੇ ਪਾਤਸ਼ਾਹ ਰਹਿਮਤ ਕਰਿਓ। ਜਦੋਂ ਗੁਰੂ ਸਾਹਿਬ ਕਹਿੰਦੇ ਡੱਲਿਆ ਬੜੀ ਸੇਵਾ ਕੀਤੀ ਭਾਈ, ਮੰਗ ਕੀ ਮੰਗਦਾ? ਅੱਜ ਗੁਰੂ ਨਾਨਕ ਤੇਰੇ 'ਤੇ ਖੁਸ਼ ਹੈ, ਜੋ ਮੰਗੇਗਾ ਮਿਲ ਜਾਏਗਾ। ਤੇਰਾ ਰਾਜ ਵਧਾ ਦੀਏ, ਤੇਰੀ ਉਮਰ ਵਧਾ ਦੀਏ, ਤੇਰੀ ਪਰਬਤਾ ਵਧਾ ਦੀਏ, ਦੱਸ ਕੀ ਚਾਹੁੰਦਾ? ਅਤੇ ਹੱਥ ਜੋੜੇ ਭਾਈ ਡੱਲਾ ਕਹਿੰਦਾ ਸੱਚੇ ਪਾਤਸ਼ਾਹ ਐ ਬਾਜਾਂ ਵਾਲਿਆ, ਜੇ ਤੂੰ ਤਰੁੱਠਿਆ ਹੈ ਤਾਂ ਕਿਰਪਾ ਕਰ ਦਿਓ, ਦੁਨਿਆਵੀ ਤਾਂ ਸਭ ਕੁਝ ਹੈ ਤੁਹਾਡੀ ਰਹਿਮਤ ਨਾਲ, ਤੁਹਾਡੇ ਚਰਨਾਂ ਵਿੱਚ ਸਥਾਨ ਮਿਲ ਜਾਵੇ। ਪਾਤਸ਼ਾਹ ਕਹਿੰਦੇ ਨਾ ਭਾਈ, ਇਹ ਨਹੀਂ ਹੋਣਾ। ਡੱਲਿਆ ਹੋਰ ਕੁਝ ਮੰਗ ਲਾ, ਦੁਨੀਆਂ ਦਾ ਕੀ ਮੰਗਣਾ, ਸਭ ਕੁਝ ਮਿਲ ਜੂ। ਅੱਜ ਸਾਰੀ ਦੁਨੀਆਂ ਦਾ ਰਾਜ ਮੰਗੇ ਗੁਰੂ ਨਾਨਕ ਪਾਤਸ਼ਾਹ ਉਹ ਵੀ ਬਖਸ਼ਿਸ਼ ਕਰ ਦੇਣਗੇ, ਪਰ ਆ ਨਹੀਂ ਥਾਂ ਸਥਾਨ ਕਹਿੰਦਾ ਤੂੰ ਚਰਨਾਂ ਵਿੱਚ, ਇਹ ਨਹੀਂ। ਪਾਤਸ਼ਾਹ ਰਹਿਮਤ ਕਰ ਦਿਓ, ਸਥਾਨ ਮਿਲ ਜਾਵੇ, ਦਰਗਾਹ ਵਿੱਚ ਥਾਂ ਮਿਲ ਜਾਵੇ। ਪਾਤਸ਼ਾਹ ਕਹਿੰਦੇ ਨਾ, ਅਤੇ ਭਾਵ ਕੇ ਦੋ ਚਾਰ ਵਾਰ ਇੱਦਾਂ ਹੋਇਆ ਅਤੇ ਹੱਥ ਜੋੜੇ ਨਮਸਕਾਰ ਕੀਤੀ, ਪੈਰਾਂ 'ਤੇ ਢਹਿਣਾ ਕੀਤਾ ਚਰਨਾਂ 'ਤੇ ਗੁਰੂ ਸਾਹਿਬ ਦੇ। ਪਾਤਸ਼ਾਹ ਰਹਿਮਤ ਕਰ ਦਿਓ, ਕੀ ਗੱਲ ਹੈ, ਕਿਉਂ ਨਹੀਂ ਸਥਾਨ ਮਿਲਣਾ? ਪਾਤਸ਼ਾਹ ਕਹਿੰਦੇ ਡੱਲਿਆ ਸਭ ਕੁਝ ਹੈ ਤੇਰੇ ਕੋਲੇ ਦੁਨੀਆਦਾਰੀ ਦਾ, ਪਰ ਤੂੰ ਗੁਰੂ ਨਾਨਕ ਦਾ ਸੱਚਾ ਗਿਆਨ ਨਹੀਂ ਲਿਆ, ਸੱਚ ਨਾਮ ਨਹੀਂ ਲਿਆ, ਤੂੰ ਗੁਰੂ ਕੇ ਅੰਮ੍ਰਿਤ ਨਾਲ ਨਹੀਂ ਜੁੜਿਆ। ਅਤੇ ਪਾਤਸ਼ਾਹ ਰਹਿਮਤ ਕਰਿਓ, ਕਰ ਦਿਓ ਕਿਰਪਾ, ਬਖਸ਼ ਦਿਓ ਸੱਚੇ ਪਾਤਸ਼ਾਹ। ਅਤੇ ਫਿਰ ਸਤਿਗੁਰਾਂ ਨੇ ਜਦੋਂ ਕਿਰਪਾ ਕੀਤੀ, ਨਾਮਦਾਨ ਲਿਆ, ਭਾਵ ਗੁਰੂ ਕੀ ਬਾਣੀ ਨਾਲ ਜੁੜਿਆ, ਅੰਮ੍ਰਿਤ ਲਿਆ, ਅਤੇ ਫਿਰ ਪਾਤਸ਼ਾਹ ਤਰੁੱਠੇ, ਆਖਣ ਲੱਗੇ ਮੰਗ ਪਿਆਰਿਆ ਕੀ ਮੰਗ ਹੈ? ਅਤੇ ਪਾਤਸ਼ਾਹ ਨੂੰ ਫਿਰ ਉਹੀ ਮੰਗ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਬਸ ਸਥਾਨ। ਕਹਿੰਦੇ ਭਰਿਆ ਹੁਣ ਤਾਂ ਮੰਗਣ ਦੀ ਲੋੜ ਹੀ ਨਹੀਂ, ਹੁਣ ਤਾਂ ਭਾਵੇਂ ਮਹਿਲ ਪਾ ਲਈ, ਤੂੰ ਸਥਾਨ ਦੀ ਗੱਲ ਕਰਦਾ, ਥੋੜ੍ਹਾ ਸਥਾਨ ਬੈਠਣ ਜੋਗਾ ਮੰਗਦਾ, ਭਾਵੇਂ ਉੱਥੇ ਆਰਾਮ ਕਰ ਲਈ। ਭਾਵ ਕਿ ਸਤਿਗੁਰੂ ਦੇ ਇਤਿਹਾਸ ਵਿੱਚੋਂ ਇਹ ਸਿੱਖਿਆ ਹੈ ਸਾਡੇ ਲਈ ਵੀ ਇਹ ਪਿਆਰਿਓ, ਜੋ ਕੁਝ ਮਰਜ਼ੀ ਕਰਦਿਆਂ ਜੇ ਸੱਚ ਨਾਲ ਨਹੀਂ ਜੁੜੇ, ਗੁਰੂ ਕੇ ਨਾਮ ਨਾਲ ਨਹੀਂ ਜੁੜੇ, ਨਾਮ ਬਾਣੀ ਨੂੰ ਸਮਝਣਾ ਨਹੀਂ ਕੀਤਾ, ਲੱਖ ਵਾਰ ਅਸੀਂ ਆਖੀ ਜਾਈਏ ਪਾਤਸ਼ਾਹ ਕਿਰਪਾ ਕਰਿਓ, ਕਿਉਂਕਿ ਇਤਿਹਾਸ ਆ ਸਾਡੇ ਸਾਹਮਣੇ।
ਗੁਰੂ ਪਾਤਸ਼ਾਹ ਨੇ ਬੜੀ ਵਾਰ ਖੁਸ਼ ਹੋ ਕੇ ਆਖਿਆ ਸੀ ਡੱਲਿਆ ਮੰਗ ਲਾ ਕੀ ਮੰਗਣਾ, ਗੁਰੂ ਨਾਨਕ ਤੇਰੇ 'ਤੇ ਖੁਸ਼ ਨੇ। ਪਰ ਜਦੋਂ ਆਹ ਗੱਲ ਮੰਗਦਾ ਪਾਤਸ਼ਾਹ ਚੁੱਪ ਕਰ ਜਾਂਦੇ, ਜਵਾਬ ਦੇ ਦਿੰਦੇ। ਅਤੇ ਉਹੀ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਆਪਾਂ ਵੀ ਅਰਦਾਸਾਂ ਕਰਦੇ ਹਾਂ, ਸੱਚੇ ਪਾਤਸ਼ਾਹ ਫਲਾਣਾ ਸਾਨੂੰ ਆਪਣੇ ਚਰਨਾਂ 'ਚ ਸਥਾਨ ਦੇ ਦੀ। ਸਾਡੇ ਅਰਗੇ ਕਹਿੰਦੇ ਆ, ਕਿਉਂਕਿ ਕਹਿਣਾ ਹੀ ਪੈਂਦਾ ਪਿਆਰਿਓ, ਕਹਿੰਦੇ ਹਾਂ ਗੁਰੂ ਅੱਗੇ ਅਰਦਾਸ ਕਰਨ ਨੂੰ ਪਾਤਸ਼ਾਹ ਨੇ ਆਖਣਾ ਕੀਤਾ ਵੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਵੀ ਗੁਰਸਿੱਖਾਂ ਤਾਂ ਅਰਦਾਸ ਹੀ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ, ਕਿਉਂਕਿ ਇਹ ਵੀ ਆਪਾਂ ਪੜ੍ਹਦਾ ਜਿਸ ਨਾਲ ਜ਼ੋਰ ਨਾ ਚੱਲਈ ਖੱਲੇ ਕੇਚੇ ਅਰਦਾਸ। ਵੀ ਜਿਹਦੇ ਅੱਗੇ ਜ਼ੋਰ ਨਹੀਂ ਚੱਲਦਾ ਭਾਈ ਅਰਦਾਸ ਹੀ ਹੈ। ਅਰਦਾਸ ਭਾਵ ਵੀ ਜਾਚਰ ਕੀ ਬਣ ਕੇ ਜਾਚਨਾ ਹੀ ਕਰਨੀ ਹੈ, ਬੇਨਤੀ ਹੀ ਕਰਨੀ ਹੈ, ਪਰ ਪ੍ਰਵਾਨਤਾ ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਵੇਖ ਕੇ ਕਰਨੀ ਹੈ। ਮੰਗਣ ਨੂੰ ਤਾਂ ਆਪਾਂ ਸਾਰੀ ਮੰਗ ਜਾ ਕੇ ਨਾ, ਕੋਈ ਕੁਝ ਮੰਗਦਾ ਹੈ ਕੋਈ ਕੁਝ ਮੰਗਦਾ, ਸਭਨਾਂ ਨੂੰ ਥੋੜ੍ਹਾ ਮਿਲੀ ਜਾਂਦਾ, ਕਿਉਂਕਿ ਭਾਵਨਾ ਦੇਖਦਾ ਮੇਰਾ ਮਾਲਕ। ਉਹ ਸੱਚੇ ਪਾਤਸ਼ਾਹ ਸਾਡੀ ਭਾਵਨਾ ਨੂੰ ਫਲ ਲਾਉਂਦਾ, ਉਹ ਕਰਮ ਵੇਖਦਾ ਸਾਡੇ ਵੀ ਕਿੰਨੇ ਕੁ ਕੈਸੇ ਕਰਮਾਂ ਦੇ ਅਸੀਂ ਮਾਲਕ ਹਾਂ। ਕਿਉਂਕਿ ਪਾਤਸ਼ਾਹ ਨੇ ਸਾਨੂੰ ਬਚਨ ਕੀਤਾ, ਕਹਿ ਦਿੱਤਾ ਸੱਚੇ ਪਾਤਸ਼ਾਹ ਨੇ, ਸਾਹਿਬ ਕਹਿੰਦੇ ਜਿਹਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ। ਕਹਿੰਦੇ ਪਿਆਰਿਆ ਜੈਸਾ ਤੂੰ ਬੀਜੇਗਾ, ਭਾਈ ਬੀਜਣਾ ਕਿੱਥੇ ਹੈ, ਧਰਤੀ ਵਿੱਚ ਬੀਜਦੇ ਹਾਂ ਆਪਾਂ ਗੁਰੂ ਪਿਆਰਿਓ, ਉਹ ਆਪਾਂ ਵੱਢਦੇ ਹਾਂ ਜੋ ਬੀਜਦੇ ਹਾਂ, ਜੈਸਾ ਫਲ ਬੀਜੀਦਾ ਤੈਸਾ ਹੀ ਪ੍ਰਾਪਤ ਹੁੰਦਾ। ਅਤੇ ਪਾਤਸ਼ਾਹ ਕਹਿੰਦੇ ਆ ਸਰੀਰ ਰੂਪੀ ਤੈਨੂੰ ਧਰਤੀ ਮਾਲਕ ਨੇ ਦਿੱਤੀ ਆ, ਨਿੱਜ ਧਰਤੀ ਹੈ ਤੇਰੀ ਆਪਣੀ ਆ, ਅਤੇ ਬਾਕੀ ਤਾਂ ਸੰਸਾਰੀ ਤਾਂ ਧਰਤੀ ਬੇਸ਼ੱਕ ਕਿੰਨੇ ਕੁ ਮਾਲਕ ਮਰਜ਼ੀ ਆ ਆਪਾਂ। ਅਤੇ ਪਾਤਸ਼ਾਹ ਨੇ ਕਹਿ ਦਿੱਤਾ ਵੀ ਸਾਢੇ ਤਿੰਨ ਕੁ ਹੱਥ ਦੀ ਧਰਤੀ ਹੈ ਤੇਰੇ ਬੈਠਣ ਲਈ ਆਖਰ ਸਮੇਂ 'ਤੇ, ਇਦੋਂ ਵੱਧ ਕੇ ਨਹੀਂ। ਬਾਣੀ ਵਿੱਚ ਪਾਤਸ਼ਾਹ ਨੇ ਆਖਣਾ ਕੀਤਾ ਹੈ ਬਈ ਭਾਈ ਸਾਢੇ ਕੁ ਤਿੰਨ ਹੱਥ ਭਾਵ ਕਿ ਜਿੰਨੀ ਹੈਟ ਬੰਦੇ ਦੀ ਹੁੰਦੀ ਹੈ ਕਿ ਨਾ ਉਹਦੇ ਆਪਣੇ ਤਿੰਨ ਕੁ ਹੱਥ ਦੀ ਹੁੰਦੀ ਹੈ, ਕੋਹਣੀ ਤੱਕ ਹੱਥ ਮੰਨਿਆ ਜਾਂਦਾ ਬਈ ਐਨਾ ਹੀ ਹੁੰਦਾ ਗੁਰੂ ਪਿਆਰਿਓ, ਸਾਢੇ ਤਿੰਨ ਤੋਂ ਵੱਧ ਕੇ ਕੋਈ ਨਹੀਂ ਹੁੰਦਾ ਆਪਣੀ ਭਾਵ ਕਿ ਆਪਣੀ ਬਾਹ ਨਾਲ ਆਪਣੇ ਹੱਥੀਂ ਮਿਲ ਕੇ। ਇਹ ਸਤਿਗੁਰਾਂ ਨੇ ਬੜੇ ਭਾਵ ਕੇ ਸੋਹਣੇ ਤਰੀਕੇ ਨਾਲ ਸਾਨੂੰ ਬਾਣੀ ਦੁਆਰਾ ਸਮਝਾਇਆ, ਇੱਕ ਇੱਕ ਅੱਖਰ ਵਿੱਚ ਬੜੇ ਗਹਿਰੇ ਗਿਆਨ ਦਿੱਤੇ ਪਾਤਸ਼ਾਹ ਨੇ। ਸਰੋਹ ਵਿਚਾਰ ਪਾਤਸ਼ਾਹ ਕਹਿੰਦੇ ਜਿਹੜਾ ਤੈਨੂੰ ਆਹ ਸਰੀਰ ਰੂਪੀ ਧਰਤੀ ਦਿੱਤੀ ਹੈ ਇਹਦੇ ਵਿੱਚ ਜਿਹੋ ਜਿਹੀ ਤੇਰੀ ਸੋਚ ਵਿਚਾਰ ਹੋਵੇ ਕਿ ਨਾ ਉਹੋ ਜਿਹਾ ਹੀ ਤੈਨੂੰ ਫਲ ਪ੍ਰਾਪਤ ਮਿਲੀ ਜਾਏਗਾ। ਚੰਗੀ ਸੋਚ ਨੂੰ ਚੰਗੇ ਫਲ ਲੱਗਦੇ ਹੈ, ਮਾੜੀ ਸੋਚ ਨੂੰ ਫਿਰ ਮਾੜੀ ਲੱਗਦੇ ਹੈ। ਅਤੇ ਪਾਤਸ਼ਾਹ ਨੂੰ ਫਿਰ ਅਸੀਂ ਜਦੋਂ ਮਾੜੀਆਂ ਸੋਚਾਂ ਸਾਡੀਆਂ ਤਾਂ ਸਾਡੇ ਨਾਲ ਮਾੜਾ ਕਰਮ ਹੁੰਦਾ ਹੈ, ਅਤੇ ਅਸੀਂ ਫਿਰ ਕਹਿੰਦੇ ਹਾਂ ਰੱਬ ਨੇ ਆਹ ਕਰਤਾ, ਮਾਲਕ ਨੂੰ ਦੋਸ਼ ਦਿੰਦੇ ਹਾਂ, ਜਾਂ ਅਸੀਂ ਆਂਢ ਗਵਾਂਢ ਦੋਸ਼ ਦਿੰਦੇ ਹਾਂ ਫਲਾਣੇ ਨੇ ਕਰਤਾ ਜੀ ਉਹਨੇ ਕਰਵਾਤਾ। ਪਰ ਗੁਰੂ ਪਾਤਸ਼ਾਹ ਕੀ ਕਹਿੰਦੇ ਹੈ, ਗੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਕਿਸੇ ਨੂੰ ਨਾ ਦੇ। ਪਾਤਸ਼ਾਹ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਇੱਥੇ ਇਹ ਕਹਿ ਪਾਤਸ਼ਾਹ ਕਹਿੰਦੇ ਐ ਪਿਆਰਿਆ ਵੀ ਇੱਥੇ ਸਵੀਕਾਰ ਕਰਨਾ ਪਵੇਗਾ ਤੈਨੂੰ ਵੀ ਜੋ ਮੈਂ ਕੀਤਾ ਮੈਨੂੰ ਉਹ ਪ੍ਰਾਪਤ ਹੋਇਆ, ਵੀ ਕਿਸੇ ਨੂੰ ਕੀ ਦੋਸ਼ ਦਈਏ ਭਾਈ, ਦੋਸ਼ ਕਿਸੇ ਦਾ ਨਹੀਂ ਆਪਣੇ ਕਰਮ ਦਾ ਦੋਸ਼ ਵੀ ਜੋ ਅਸੀਂ ਕਰਮ ਕਰਦੇ ਹਾਂ ਇਹ ਵੱਖਰੀ ਗੱਲ ਹੈ। ਵੀ ਕੋਈ ਭਾਈ ਮਹੀਨੇ ਕੁ ਵਿੱਚ ਦੀ ਫਲ ਦੇਣ ਵਾਲਾ ਬੂਟਾ ਹੁੰਦਾ, ਕੋਈ ਤਿੰਨ ਮਹੀਨੇ 'ਚ, ਕੋਈ ਛੇ ਮਹੀਨੇ, ਕੋਈ ਸਾਲ ਵਿੱਚ, ਕੋਈ ਵੱਧ ਕੇ ਵੀ ਹੁੰਦਾ, ਭਾਵ ਕਿ ਕਰਮ ਸਾਡੇ ਐਸੇ ਨੇ ਕਈਆਂ ਦਾ ਨਾਲ ਹੀ ਰਿਜ਼ਲਟ ਆ ਜਾਂਦਾ, ਕਈਆਂ ਦਾ ਸਮਾਂ ਪਾ ਕੇ ਆ ਜਾਂਦਾ, ਪਰ ਆਉਂਦਾ ਜ਼ਰੂਰ ਹੈ। ਪਾਤਸ਼ਾਹ ਕਹਿੰਦੇ ਨੇ ਵੇਖ ਕੇ ਪਿਆਰਿਆ
ਆਪਣੀ ਸੋਚ ਚੰਗੀ ਬਣਾ ਲਾ, ਵੇਖ ਕੇ ਬੀਜੇ ਦੇ ਵਿੱਚ ਜੋ ਕੁਝ ਬੀਜਣਾ, ਇਹ ਧਰਤੀ ਦਿੱਤੀ ਮੇਰੇ ਮਾਲਕ ਨੇ ਤੈਨੂੰ ਬੀਜਣ ਲਈ, ਇਹਦੇ ਵਿੱਚ ਜੋ ਤੂੰ ਬੀਜ ਪਾਏਗਾ ਉਹੀ ਹੋਣਾ। ਇੱਥੇ ਇਹ ਨਹੀਂ ਜੋ ਪਾਤਸ਼ਾਹ ਜੀ ਕਹਿੰਦੇ ਨੇ ਵੀ ਅੰਨੇ ਉੱਨ ਕਕਾਏ ਦਾ ਪੈਦਾ ਲੋੜੇ ਪੱਟ, ਭਾਵ ਕੇ ਬੀਜਦਾ ਤਾਂ ਕੀਕਰ ਹੈ ਕੀਕਰ ਦਾ ਵੀ ਫਲ, ਅਤੇ ਪਾਤਸ਼ਾਹ ਕਹਿੰਦੇ ਭਾਰ ਦਾ ਵੀ ਇੱਥੋਂ ਮੈਨੂੰ ਉੱਨ ਪੈਦਾ ਹੋਵੇ, ਵੀ ਮੈਂ ਚੰਗੇ ਉੱਨ ਦੇ ਕੱਪੜੇ ਬਣਾ ਕੇ ਰੇਸ਼ਮੀ ਪਾਵਾਂ, ਵੀ ਉਹ ਨਹੀਂ ਹੋਣਾ। ਪਾਤਸ਼ਾਹ ਕਹਿੰਦੇ ਨੇ ਵੀ ਇੱਥੇ ਜੋ ਬੀਜੇਗਾ ਪਿਆਰਿਆ ਉਹ ਤੈਨੂੰ ਪ੍ਰਾਪਤੀ ਹੋਵੇਗੀ। ਤਾਂ ਤੇ ਆਓ ਸਤਿਗੁਰੂ ਦੇ ਚਰਨਾਂ ਵਿੱਚ ਅਰਜ ਅਰਦਾਸ ਆਪਾਂ ਸ਼ਾਰੀ ਕਰਦੇ ਹਾਂ, ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ, ਪਰ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਪਿਆਰਿਆ ਮਤ ਲੈ ਗੁਰੂ ਸਾਹਿਬ ਦੀ ਆ ਕੇ, ਜੋ ਗੁਰੂ ਸਾਹਿਬ ਜੀ ਬਾਣੀ ਦੁਆਰਾ ਤੈਨੂੰ ਦੱਸਦੇ ਆ ਉਸ ਵਚਨਾਂ ਨੂੰ ਕਮਾਉਣਾ ਕਰ, ਫਿਰ ਰਹਿਮਤ ਹੋ ਸਕਦੀ ਹੈ, ਕਿਰਪਾ ਹੋ ਸਕਦੀ ਹੈ। ਕਿਉਂਕਿ ਸਾਹਿਬ ਆਖਣਾ ਕੀਤਾ ਜੇ ਕੋ ਵਚਨ ਕਮਾਵੈ ਸੰਤਨ ਕਾ ਗੁਰ ਪ੍ਰਸਾਦੀ ਤਰੀਏ, ਤਰਨਾ ਗੁਰੂ ਦੀ ਕਿਰਪਾ ਨਾਲ ਹੀ ਹੈ ਸੱਤ ਪੁਰਸ਼ਾਂ ਦੇ ਬਚਨ ਕਮਾਉਣੇ ਆ, ਕਿਉਂਕਿ ਸੱਤ ਪੁਰਸ਼ ਮਾਲਕ ਦੇ ਬਚਨ ਸੁਣਾਉਂਦੇ ਹੈ। ਇਸੇ ਕਰਕੇ ਆਓ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਵੀ ਇਹ ਪਿਆਰਿਆ ਆਹ ਸਰੀਰ ਤੈਨੂੰ ਮਿਲਿਆ ਇਹ ਤੋਂ ਲਾਹਾ ਲੈ ਲੈ, ਸੱਚ ਨਾਲ ਜੁੜਨਾ ਕਰ, ਸੱਚ ਦੇ ਨਾਲ ਜੁੜ ਕਰਕੇ ਜੋ ਵੀ ਦੁਨਿਆਵੀ ਤੌਰ 'ਤੇ ਤੂੰ ਕਰਮ ਕਰੇਗਾ ਤੈਨੂੰ ਸਤਿਗੁਰੂ ਜੀ ਕਹਿੰਦੇ ਘਾਟਾ ਨਹੀਂ ਪਵੇਗਾ, ਕਿਉਂਕਿ ਗੁਰੂ ਨਾਨਕ ਤੇਰੇ ਵੱਲ ਹੋਵੇਗਾ, ਗੁਰੂ ਨਾਨਕ ਮਿਹਰਾਂ ਕਰਨਗੇ ਰਹਿਮਤਾਂ ਕਰਨਗੇ। ਮਿਹਨਤ ਤਾਂ ਜੀਵ ਨੇ ਕਰਨੀ ਹੈ ਅਤੇ ਰਹਿਮਤ ਪਰਮਾਤਮਾ ਨੇ ਕਰਨੀ ਹੈ, ਰਹਿਮਤ ਫਲ ਨੂੰ ਕਹਿੰਦੇ ਆ ਗੁਰੂ ਪਿਆਰਿਓ, ਕਿਉਂਕਿ ਬੀਜਦੇ ਤਾਂ ਆਪਾਂ ਹੀ ਹਾਂ ਗੁਰੂ ਪਿਆਰਿਓ, ਸੰਸਾਰੀ ਤੌਰ 'ਤੇ ਵੀ ਬੀਜ ਕੇ ਕਿੰਨੀ ਕਮਾਈ ਕੀਤੀ ਜਾਂਦੀ ਹੈ, ਸਾਂਭ ਸੰਭਾਲ ਫਸਲ ਦੀ ਹੁੰਦੀ ਹੈ। ਕਈ ਵਾਰ ਐਸਾ ਵੀ ਹੁੰਦਾ ਗੁਰੂ ਪਿਆਰਿਓ ਬੜਾ ਜ਼ੋਰ ਲਾਜ ਦੇਈਦਾ, ਆਪਾਂ ਕਹਿੰਦੇ ਫਿਰਦਿਆਂ ਵੀ ਮੈਂ ਇੱਦਾਂ ਕੀਤਾ ਆਹ ਕੀਤਾ, ਮਾਣ ਕਰੀਦਾ, ਬੜੀ ਦੁਨੀਆ ਮਾਣ ਕਰਦੀ ਹੈ ਵੀ ਅਸੀਂ ਤਾਂ ਇੰਨੀ ਮਿਹਨਤ ਕਰੀਦੀ ਆ ਜੀ, ਖੇਤ ਵਿੱਚ ਹੀ ਰਹੀਦਾ, ਆ ਜੇ ਬਹੁਤ ਕੁਝ ਕਰੀਦਾ, ਸਾਡੇ ਕੋਲ ਕਿਤੇ ਨਾਮ ਜਪਣ ਦਾ ਟਾਈਮ ਹੈ, ਵਿਹਲਿਆਂ ਦਾ ਕਰਮ ਹੈ, ਸਾਡਾ ਤਾਂ ਕਰਮ ਹੀ ਹੈ। ਭਾਵ ਕਈ ਵਾਰ ਮਾਲਕ ਐਸੀ ਭਾਵ ਕੇ ਸਾਨੂੰ ਸਭ ਸੁਰਤ ਸੰਭਾਲ ਦਿੰਦਾ ਸਾਡੀ, ਬਈ ਫਲ ਹੀ ਨਹੀਂ ਲੱਗਦਾ, ਫਲ ਹੀ ਨਹੀਂ ਪੈਂਦਾ, ਮਿਹਨਤ ਕੀਤੀ ਕਰਾਈ ਰਹਿ ਜਾਂਦੀ ਹੈ ਅਤੇ ਫਿਰ ਕਹਿੰਦੇ ਆਪਾਂ ਬਈ ਫਲ ਨਹੀਂ ਲੱਗਿਆ, ਮਿਹਨਤ ਤਾਂ ਬਹੁਤ ਕੀਤੀ ਸੀ। ਕਿਉਂਕਿ ਇੱਥੇ ਫਿਰ ਸਾਨੂੰ ਸਾਂਝ ਆੜ ਚਾੜੀ ਚਾਹੀਦੀ ਹੈ, ਭਾਵ ਸਮਝਾਉਣੀ ਚਾਹੀਦੀ ਹੈ ਬਈ ਆ ਪਿਆਰਿਆ ਤੂੰ ਮਿਹਨਤ ਕਰਨੀ ਹੈ, ਮਿਹਨਤ ਕਰ ਸਕਦਾ ਕਰਨੀ ਚਾਹੀਦੀ ਹੈ, ਪਰ ਆਸ ਮਾਲਕ 'ਤੇ ਰੱਖ, ਫਲ ਉਹ ਲਾ ਸਕਦਾ ਅਸੀਂ ਨਹੀਂ ਲਾ ਸਕਦੇ, ਫਲ ਉਹੀ ਦਿੰਦਾ ਅਤੇ ਅਸੀਂ ਧੱਕੇ ਨਾਲ ਨਹੀਂ ਲੈ ਸਕਦੇ। ਇਸੇ ਕਰਕੇ ਰਹਿਮਤ ਤਾਂ ਪਰਮਾਤਮਾ ਨੇ ਕਰਨੀ ਹੈ ਵੀ ਮਿਹਨਤ ਕਰ, ਵੀ ਸੱਚੇ ਪਾਤਸ਼ਾਹ ਮਿਹਨਤ ਅਸੀਂ ਕਰਦੇ ਹਾਂ, ਰਹਿਮਤ ਤਹੀਂ ਕਰਨੀ ਹੈ, ਕਿਰਪਾ ਤੂੰ ਹੀ ਕਰਨੀ ਹੈ, ਉਸ ਮਾਲਕ ਨੇ ਰਹਿਮਤ ਕਰਨੀ ਹੈ ਅਤੇ ਰਹਿਮਤ ਤਾਂ ਸਾਡੀ ਨੀਅਤ 'ਤੇ ਕਰਨੀ ਹੈ, ਪਾਤਸ਼ਾਹ ਨੇ ਨੀਅਤ ਕੈਸੀ ਹੈ ਸਾਡੀ। ਇਸੇ ਕਰਕੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾਇਆ ਬਈ ਭਾਈ ਸੱਚ ਨਾਲ ਜੁੜਨਾ ਕਰ, ਸਚਿਆਰ ਹੋ ਜਾਏਗਾ ਅਤੇ ਸੱਚ ਦਰਗਾਹ ਵਿੱਚ ਤੈਨੂੰ ਥਾਂ ਮਿਲ ਜਾਏਗਾ, ਕਿਉਂਕਿ ਸੱਚ ਹੈ ਜਿਹੜਾ ਉਹ ਸੱਚ ਵਿੱਚ ਸਮਾਉਂਦਾ ਹੈ। ਪਾਤਸ਼ਾਹ ਨੇ ਆਖਣਾ ਕੀਤਾ ਹੈ ਕਿ ਨਾ ਬਈ ਭਾਈ ਜਿਹੜੇ ਸਚਿਆਰ ਸਿੱਖ ਨੇ ਗੁਰੂ ਸਾਹਿਬ ਕੋਲ ਬਹਿੰਦੇ ਹੈ, ਉਹ ਸੱਚੀ ਦਰਗਾਹ ਦੇ ਵਾਸੀ ਹੋ ਜਾਂਦੇ ਆ, ਉਹ ਸੱਚ ਖੰਡ ਵਿੱਚ ਸਮਾ ਜਾਂਦੇ ਹੈ। ਕੂੜ ਨੂੰ ਤਾਂ ਪਾਤਸ਼ਾਹ ਕਹਿੰਦੇ ਕੂੜ ਨਖੁੱਟੈ ਨਾਨਕਾ ਨਖੁੱਟੈ, ਓੜਕ ਸੱਚ ਰਹੀ ਓੜਕ ਆਕਰ ਨੂੰ ਸੱਚ ਰਹਿ ਜਾਂਦਾ, ਕੂੜ ਤਾਂ ਖਤਮ ਹੀ ਹੋ ਜਾਂਦਾ ਪਿਆਰਿਓ,
ਭਾਵ ਕੂੜ ਨਾਲ ਜੁੜਿਆ ਗੱਲ ਨਹੀਂ ਬਣਦੀ, ਕੂੜ ਘਾਟੇ ਦਾ ਸੌਦਾ ਹੈ, ਕੂੜ ਕਹਿ ਲਈਏ ਝੂਠ ਕਹਿ ਲਈਏ ਆਪਾਂ, ਕਿਉਂਕਿ ਪਾਤਸ਼ਾਹ ਜੀ ਕਹਿ ਰਹੇ ਨੇ ਅੱਗੇ ਸਾਹੋ ਸਜਾਣ ਹੈ, ਅੱਗੇ ਜਿਹੜਾ ਮਾਲਕ ਹੈ ਸਾਨੂੰ ਫਲ ਦੇਣ ਵਾਲਾ, ਸਾਨੂੰ ਪ੍ਰਵਾਨ ਕਰਨ ਵਾਲਾ, ਉਹ ਬੜਾ ਸਿਆਣਾ, ਉਹ ਵੇਖਦਾ ਹੈ ਕਿ ਉਹ ਇੰਨੀ ਵੀ ਫੜ ਕੇ ਗੱਲੇ 'ਚ ਸੁੱਟੀ ਜਾਣ ਵਾਲੀ ਗੱਲ ਨਹੀਂ ਹੈ, ਉਹ ਵੇਖਦਾ ਵੀ ਖੋਟਾ ਹੈ ਕਿ ਖਰਾ ਹੈ। ਪਾਤਸ਼ਾਹ ਕਹਿੰਦੇ ਖਰੇ ਖਜ਼ਾਨੇ ਪਾਏ ਹਨ, ਖੋਟੇ ਸੱਟਣ ਬਾਹਰ ਬਾਹਰ, ਕਹਿੰਦੇ ਖਰਿਆਂ ਨੂੰ ਤਾਂ ਆਪਣੇ ਖਜ਼ਾਨੇ 'ਚ ਪਾ ਲੈਂਦਾ ਮੇਰਾ ਮਾਲਕ, ਜਿਹੜਾ ਖਰਾ ਭਾਵ ਜਿਹਦਾ ਜੀਵਨ ਸੋਹਣਾ ਬਤੀਤ ਕੀਤਾ ਹੋਇਆ, ਜਿਹਨੇ ਸੱਚ ਨਾਲ ਰਹਿ ਕੇ ਆ ਜ਼ਿੰਦਗੀ ਗੁਜ਼ਾਰੀ ਹੋਈ ਹੈ। ਪਾਤਸ਼ਾਹ ਕਹਿੰਦੇ ਉਹ ਖਰੇ ਨੇ, ਅਤੇ ਖਰੇ ਨੂੰ ਆਪਣੇ ਖਜ਼ਾਨੇ 'ਚ ਮਾਲਕ ਪਾ ਲੈਂਦਾ, ਭਾਵ ਆਪਣੇ 'ਚ ਮਿਲਾ ਲੈਂਦਾ, ਅਤੇ ਖੋਟੇ ਸੱਟਿਆਂ ਨੂੰ ਬਾਹਰ ਬਾਹਰ। ਬਾਣੀ ਵਿੱਚ ਸਾਹਿਬਾ ਕਹਿੰਦੇ ਆ ਵੀ ਖੋਟਿਆਂ ਨੂੰ ਬਾਰ ਬਾਰ ਮੁੜ ਮੁੜ ਕੇ ਜਾਂਦੇ ਆ ਖੋਟੇ, ਅਤੇ ਪਾਤਸ਼ਾਹ ਫਿਰ ਬਾਹਰ ਸੁੱਟਦੇ ਆ, ਬਾਹਰ ਸੁੱਟਣ ਦਾ ਭਾਵ ਕਿ ਫਿਰ ਆ ਸੰਸਾਰ ਵਿੱਚ ਚੱਕਰ ਲਾਉਂਦੇ ਆ, ਫਿਰ ਜੂਨਾ ਪਾਉਂਦੇ ਆ, ਫਿਰ ਦੁੱਖ ਕੱਟਦੇ ਆ, ਅਤੇ ਪਾਤਸ਼ਾਹ ਕਹਿੰਦੇ ਆਹ ਕੰਮ ਚੱਲਦਾ ਰਹਿੰਦਾ ਜੇ ਲਾਹਾ ਲੈਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਪਾਤਸ਼ਾਹ ਕਹਿੰਦੇ ਸੱਚ ਬਕਰ ਨਾਮ ਹੈ ਸੱਚਾ ਬਾਪਾਰਾ, ਸੱਚੇ ਵਸਤੂ ਭਾਈ ਨਾਮ ਹੈ, ਸੱਚ ਹੀ ਸਾਡਾ ਸੱਚ ਨਾਲ ਜੁੜ ਕੇ ਵਪਾਰ ਹੁੰਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲਾਹਾ ਨਾਮ ਸੰਸਾਰ ਹੈ, ਸੰਸਾਰ ਦੇ ਵਿੱਚ ਵੀ ਸੱਚ ਨਾਮ ਦਾ ਹੀ ਲਾਹਾ ਭਾਈ ਗੁਰਮਤੀ ਵਿਚਾਰਾ, ਇਹ ਗੁਰੂ ਸਾਹਿਬ ਦੀ ਵਿਚਾਰਧਾਰਾ ਹੈ, ਗੁਰੂ ਕੀ ਆਪਣੀ ਵਿਚਾਰਧਾਰਾ ਸਾਨੂੰ ਸਮਝਾਉਂਦੇ ਆ। ਕਿਸੇ ਸਮੇਂ ਇਹ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਵੀ ਸਮਝਾਈ, ਜਦੋਂ ਸਿੱਧਾਂ ਨਾਲ ਗੱਲਬਾਤ ਹੋਈ, ਸਿੱਧ ਕਹਿੰਦੇ ਬਾਬਾ ਬਈ ਸੱਚੇ ਕਿਵੇਂ ਬਣੀਏ, ਸੱਚਿਆਰ ਕਿਵੇਂ ਹੋ ਸਕਦੇ ਆ ਜ਼ਿੰਦਗੀ ਵਿੱਚ, ਇਹ ਕੂੜ ਦੀਆਂ ਪਾਲਾਂ ਟੁੱਟਦੀਆਂ ਹੀ ਨਹੀਂ, ਤੁਸੀਂ ਤਾਂ ਬੜੀ ਬਰੀਕੀ ਵਿੱਚ ਜਾ ਕੇ ਗੱਲ ਸਮਝ, ਵੀ ਸਾਡੇ ਤਾਂ ਯਾਦ ਚੇਤੇ ਨਹੀਂ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ। ਪਾਤਸ਼ਾਹ ਨੂੰ ਸਵਾਲ ਕੀਤਾ, ਫਿਰ ਕਹਿੰਦੇ ਬਾਬਾ ਜੋ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, ਕਿਬ ਸੱਚਿਆਰਾਂ ਹੋਈ ਹੈ, ਕਿਬ ਕੂੜਾ ਟੁੱਟੇ ਪਾਲ, ਕਿਵੇਂ ਸੱਚਿਆਰ ਹੋਈਏ ਬਾਬਾ ਦੱਸਣਾ ਕਰ। ਇਹ ਕੂੜ ਦੀਆਂ ਪਾਲਾਂ ਜਿਹੜੀਆਂ ਕੰਧਾਂ ਬਣ ਗਈਆਂ ਨੇ ਸੱਚੇ ਪਾਤਸ਼ਾਹ, ਜੋ ਵੱਟਾਂ ਪੈ ਗਈਆਂ ਸਾਡੇ ਵਿੱਚ, ਵਰਗ ਪੈ ਗਏ, ਇਹ ਕਿਵੇਂ ਖਤਮ ਹੋ ਸਕਦੇ ਹੈ, ਕਿਉਂਕਿ ਉਹ ਸਿੱਧ ਲੋਕਾਂ ਨੇ ਵੀ ਵੱਟਾਂ ਪਾ ਲਈਆਂ ਸੀ, ਕਹਿੰਦੇ ਸੰਸਾਰੀ ਲੋਕ ਤੁਸੀਂ ਤਾਂ ਇੱਧਰ ਰਹੋ, ਅਸੀਂ ਇੱਧਰ ਹਾਂ, ਭਾਵ ਸੰਸਾਰ ਤੋਂ ਵੱਖ ਹੋ ਗਏ ਹੋ, ਪਾਲ ਬਣਾ ਲਈ, ਇੱਕ ਪਾਲ ਵੱਟ ਨੂੰ ਕਹਿੰਦੇ ਹੈ, ਵੱਟ ਪੈ ਗਈ ਗੁਰੂ ਪਿਆਰੇ ਉਹ ਬਟਵਾਰਾ ਹੋ ਜਾਂਦਾ, ਇੱਕ ਪਰਿਵਾਰ ਤੋਂ ਦੋ ਬਣ ਜਾਂਦੇ ਹੈ, ਇੱਕ ਖੇਤ ਤੋਂ ਦੋ ਬਣ ਜਾਂਦੇ ਹੈ, ਇੱਕ ਪਾਠ ਤੋਂ ਦੋ ਬਣ ਜਾਂਦੇ ਹੈ, ਅਤੇ ਜਦੋਂ ਵੱਟ ਭਾਵ ਚੱਕੀ ਜਾਵੇ, ਕੰਧ ਚੱਕੀ ਜਾਵੇ, ਫਿਰ ਇੱਕ ਹੋ ਜਾਂਦੇ ਆ। ਪਰ ਪੈਂਦੀਆਂ ਬਹੁਤ ਨੇ ਗੁਰੂ ਪਿਆਰਿਓ, ਚੱਕੀਆਂ ਕਿਤੇ ਬਿਰਲੇ ਥਾਈ ਜਾਂਦੀਆਂ ਨੇ ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ, ਨਹੀਂ ਅਸੀਂ ਸੰਸਾਰ ਲੋਕ ਤਾਂ ਵੱਟਾਂ ਪਾਉਣ ਵਿੱਚ ਹੀ ਹਾਂ ਗੁਰੂ ਪਿਆਰਿਓ, ਭਾਵ ਕੇ ਦਰਾੜਾਂ ਪਾਉਣ ਵਿੱਚ ਹੀ ਹਾਂ, ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਨੇ ਜਿੱਥੇ ਉੱਥੇ ਹੀ ਕਿਰਪਾ ਹੁੰਦੀ ਹੈ, ਵੀ ਜਿੱਥੇ ਆਪਸੀ ਸਾਂਝ ਬਣ ਜਾਂਦੀ ਹੈ, ਪਿਆਰ ਬਣ ਜਾਂਦਾ। ਸੋ ਗੁਰੂ ਕਿਰਪਾ ਕਰਨ, ਭਾਵ ਕੇ ਜਦੋਂ ਵੱਟਾਂ ਇਹ ਧਰਮਾਂ ਵਿੱਚ ਫਿਰਕਿਆਂ ਨੇ ਵੀ ਪਾ ਲਈਆਂ, ਜੋਗੀ ਅਲੈਦਾ ਹੋ ਗਏ, ਉਹ ਕਹਿੰਦੇ ਤੁਸੀਂ ਨਹੀਂ ਸਾਡੇ ਲਾਗੇ ਲੱਗ ਸਕਦੇ, ਸੰਸਾਰੀ ਜੀਵੋ ਅਲੱਗ ਹੋ ਗਏ, ਅਤੇ ਪਾਤਸ਼ਾਹ ਕਹਿੰਦੇ ਵੱਟਾਂ ਪਾ ਲਈਆਂ ਕੂੜ ਦੀਆਂ ਪਿਆਰਿਓ, ਅਤੇ ਜਦੋਂ ਸਮਝ ਆਈ ਕਹਿੰਦੇ ਬਾਬਾ ਦੱਸਣਾ ਕਰ ਇਹ ਵੱਟ ਕਿਵੇਂ ਟੁੱਟੂਗੀ, ਕਿਵ ਸਚਿਆਰਾ ਹੋਈ ਹੈ, ਕਵ ਕੂੜਾ ਟੁੱਟੇ ਪਾਲ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਪਿਆਰਿਓ ਬਹੁਤੀ ਵੱਡੀ ਗੱਲ ਨਹੀਂ, ਇੱਕ ਗੱਲ ਸਮਝ ਲਓ, ਕਿਹੜੀ? ਪਾਤਸ਼ਾਹ ਕਹਿੰਦੇ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਨੂੰ ਸਮਝੋ, ਉਹਦਾ ਹੁਕਮ ਕੀ ਹੈ ਪਾਤਸ਼ਾਹ ਦਾ, ਆ ਬਾਣੀ ਸਾਰਾ ਹੁਕਮ ਹੀ ਹੈ ਪਰਮਾਤਮਾ ਦਾ, ਵਾਹਿਗੁਰੂ ਦਾ।
ਇਸ ਹੁਕਮ ਨੂੰ ਸਮਝੀਏ ਵੀ ਬਾਣੀ ਵਿੱਚ ਸਾਹਿਬਾਂ ਕੀ ਕਹਿੰਦੇ ਆ, ਇਹ ਮੰਨਾ ਤੂੰ ਉਹ ਕੁਝ ਕਰਦਾ ਵੀ ਹੈ। ਬਾਣੀ ਵਿੱਚ ਜੋ ਕੁਝ ਕਰਨ ਨੂੰ ਪਾਤਸ਼ਾਹ ਕਹਿੰਦੇ ਆ, ਜਿੱਦਾਂ ਬਾਣੀ ਵਿੱਚ ਸਤਿਗੁਰੂ ਜੀ ਸੰਸਾਰ ਵਿੱਚ ਵਿਚਰਨ ਨੂੰ ਕਹਿੰਦੇ ਆ, ਵਿਚਰਦਾ ਵੀ ਹੈ। ਜੇ ਵਿਚਰਦਾ ਵਾਹਵਾ ਭਲਾ ਚੰਗਾ ਹੈ, ਨਹੀਂ ਆਪਾਂ ਕੋਸ਼ਿਸ਼ ਕਰੀਏ ਪਿਆਰਿਓ ਜੋ ਸਾਡੇ 'ਚ ਖਾਮੀਆਂ ਨੇ ਉਹਨਾਂ ਨੂੰ ਕੱਢਣ ਦੀ। ਪਾਤਸ਼ਾਹ ਕਹਿੰਦੇ ਨੇ ਬਸ ਉਹਦੇ ਹੁਕਮ ਨੂੰ ਸਮਝੋ ਪਿਆਰਿਓ, ਹੁਕਮ ਰਜਾਈ ਚੱਲਣਾ, ਉਹਦੀ ਰਜਾ ਵਿੱਚ ਚੱਲੋ। ਨਾਨਕ ਲਿਖਿਆ ਨਾਲ ਗੱਲ ਹੀ ਨਹੀਂ ਕਹਿ, ਪਾਤਸ਼ਾਹ ਕਹਿੰਦੇ ਬਹੁਤੀ ਵੱਡੀ ਨਹੀਂ ਪਰ ਹੈ ਬਹੁਤ ਵੱਡੀ ਵੀ ਹੈ, ਜਿਹਨਾਂ ਮੰਨਣਾ ਨਹੀਂ ਅਸੀਂ। ਇਸੇ ਕਰਕੇ ਸੋ ਸਤਿਗੁਰੂ ਜੀ ਕਹਿੰਦੇ ਆਹੀ ਗੁਰੂ ਦੀ ਮੱਤ ਹੈ, ਇਹ ਵਿਚਾਰ ਹੈ ਭਾਈ, ਇਸ ਮੱਤ ਨੂੰ ਲੈ ਕੇ ਚੱਲਾਂਗੇ ਤਾਂ ਆਹ ਸੰਸਾਰ ਵਿੱਚ ਲਾਹਾ ਲੈ ਕੇ ਜਾਵਾਂਗੇ, ਅਤੇ ਨਹੀਂ ਤਾਂ ਜਿਹੋ ਜਿਹੇ ਆਏ ਅਤੇ ਉਹੋ ਜਿਹੇ ਚੱਲੇ ਜਾਣਾ। ਜਿਵੇਂ ਹੋਰ ਜੂਨਾਂ ਵਿੱਚ ਦੀ ਲੰਘੇ ਅਤੇ ਆਹ ਵੀ ਜੂਨ ਉਵੇਂ ਸਾਡੀ ਲੰਘ ਜਾਣੀ ਹੈ, ਕਿਉਂਕਿ ਇਹ ਸੰਸਾਰ ਵਿੱਚ ਆਏ ਹਾਂ ਅਤੇ ਅਜਾਈਓ ਚੱਲਿਆ ਜਾਣਾ। ਇਹ ਜਨਮ ਸਾਡਾ ਵਡਮੁੱਲਾ ਜਨਮ ਮਿਲਿਆ ਮਾਲਕ ਦੇ ਵੱਲੋਂ, ਪਰ ਲੰਘਦਾ ਕਿਵੇਂ ਆ ਗਿਆਨ ਤੋਂ ਬਿਨਾਂ? ਪਾਤਸ਼ਾਹ ਕਹਿੰਦੇ ਰਹਿਣ ਗਵਾਈ ਸੋਏ ਕਾ, ਬਸ ਰਾਤ ਨੂੰ ਖਾ ਪੀ ਕੇ ਸੌਂ ਗਿਆ, ਦਿਨ ਚੜਿਆ ਉੱਠਿਆ ਅਤੇ ਉੱਠ ਕੇ ਸ਼ੁਰੂ ਕੀ ਕੀਤਾ? ਆਰੰਭ ਤਾਂ ਹੀ ਸਾਡੀ ਇਹ ਤੁੰਦੀਆਂ ਬਿਰਲਿਆਂ ਨੂੰ ਛੱਡ ਕੇ ਬਿਰਲੇ ਨੇ ਜਿਹੜੇ ਇਸ਼ਨਾਨ ਪਾਨ ਕਰਕੇ ਮਾਲਕ ਦੀ ਬਾਣੀ ਨਾਲ ਜੁੜਦੇ ਆ, ਗੁਰੂ ਕੀ ਸੰਗਤ ਕਰਦੇ ਆ, ਨਾਮ ਦੀ ਆਰਾਧਨਾ ਕਰਦੇ ਹੈ। ਨਹੀਂ ਤਾਂ ਉੱਠਦਿਆਂ ਸਾਰ ਇਸ਼ਨਾਨ ਬਾਅਦ ਵਿੱਚ ਉਹਦਾ ਖਾਣ ਪੀਣ ਦਾ ਪ੍ਰਬੰਧ ਪਹਿਲਾਂ ਚੱਲ ਪੈਂਦਾ ਹੈ। ਇਹ ਪਾਤਸ਼ਾਹ ਨੇ ਬਾਣੀ ਵਿੱਚ ਆਖਣਾ ਕੀਤਾ। ਸਾਹਿਬ ਕਹਿੰਦੇ ਨੇ ਰਾਤਰੀ ਸੌਂ ਕੇ ਕੱਢਦੀ, ਦਿਨ ਚੜਿਆ ਅਤੇ ਉੱਠਿਆ ਵੀ ਕੀ ਕਰਨ ਨੂੰ ਉੱਠਿਆ? ਪਾਤਸ਼ਾਹ ਕਹਿੰਦੇ ਸਾਰਾ ਦਿਨ ਇੱਧਰ ਨੂੰ ਲਾਤਾ, ਦਿਵਸ ਗਵਾਇਆ ਖਾਏ। ਸਾਹਿਬਾ ਕਹਿੰਦੇ ਨੂੰ ਪਤਾ ਨਹੀਂ ਮੂਰਖ ਨੂੰ ਹੀਰੇ ਵਰਗਾ ਜਨਮ ਮੇਰਾ, ਹੀਰੇ ਜੈਸਾ ਜਨਮ ਹੈ, ਗਿਆਨ ਤੋਂ ਬਿਨਾਂ ਕੌਡੀ ਬਦਲੇ ਜਾਏ। ਇਉਂ ਹੀ ਜਾ ਰਿਹਾ ਸੁਰਹ ਵਿਚਾਰ, ਆਓ ਸਤਿਗੁਰੂ ਕਿਰਪਾ ਕਰਨ। ਸਾਹਿਬ ਇਹ ਸਾਨੂੰ ਵਿਚਾਰ ਦਿੰਦੇ ਆ ਵੀ ਲਾਹਾ ਲੈਣਾ ਪਿਆਰਿਆ, ਆਹ ਤੈਨੂੰ ਸਮਝਾਈਏ। ਜੇ ਅਸੀਂ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਗੁਰੂ ਕੀ ਵਿਚਾਰਧਾਰਾ ਨੂੰ ਸਮਝੀਏ। ਸਾਹਿਬ ਕਹਿੰਦੇ ਲਾਹਾ ਨਾਮ ਸੰਸਾਰ ਹੈ, ਗੁਰਮਤੀ ਵਿਚਾਰਿਆ ਦੂਜਾ ਭਾਏ ਕਾਰ ਕਮਾਵਣੀ, ਨਿਤ ਟੋਟਾ ਸੰਸਾਰ। ਨਾਲ ਹੀ ਕਹਿਤਾ ਪਾਤਸ਼ਾਹ ਨੇ ਦੂਸਰੀ ਪੰਕਤੀ ਵਿੱਚ, ਸਾਹਿਬ ਕਹਿੰਦੇ ਨੇ ਜੇ ਇੱਕ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦੂਜੇ ਪਾਸੇ ਮਨ ਲੱਗਿਆ ਹੋਇਆ, ਦਵੈਸ ਭਾਵ, ਦੂਜੇ ਦਾ ਅਰਥ ਕੋਈ ਮਰਜ਼ੀ ਕਰ ਲਈ, ਬੜਾ ਲੰਬਾ ਚੌੜਾ ਕੰਮ ਹੈ ਦੂਸਰਾ ਤਾਂ, ਭਾਵ ਇੱਕ ਤਾਂ ਇੱਕ ਹੀ ਹੁੰਦਾ ਕਿ ਨਾ, ਦੂਜਾ ਆਪਾਂ ਕਿਸ ਨੂੰ ਮਰਜ਼ੀ ਕਹਿ ਸਕਦੇ ਹਾਂ। ਦੂਸਰਾ ਮਾਇਆ ਦੀ ਗੱਲ ਕੀਤੀ ਹੈ ਵੀ ਦੂਜੀ ਮਾਇਆ, ਹੁਣ ਮਾਇਆ ਦਾ ਰੂਪ ਇੱਕ ਨਹੀਂ, ਮਾਇਆ ਦੇ ਤਾਂ ਰੂਪ ਹੀ ਬੜੇ ਹੈ। ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਦੂਜੇ ਬੰਨੇ ਲੱਗ ਗਿਆ ਭਾਈ, ਦੂਜੇ ਪਾਸੇ ਲੱਗ ਕੇ ਭਾਵ ਸੱਚ ਨੂੰ ਛੱਡ ਕੇ ਕੂੜ ਨਾਲ ਜੁੜ ਕੇ ਕਾਰ ਕਮਾਉਂਦਾ, ਕੰਮ ਧੰਦੇ ਕਰਦਾ, ਜੋ ਕੁਝ ਵੀ ਕਰਦਾ, ਵਪਾਰ ਕਰਦਾ ਕੂੜ ਨੂੰ ਲੈ ਕੇ, ਝੂਠ ਨੂੰ ਲੈ ਕੇ, ਅਤੇ ਪਾਤਸ਼ਾਹ ਕੀ ਕਹਿੰਦੇ ਨਿਤ ਟੋਟਾ ਸੰਸਾਰ, ਨਿਤ ਸੰਸਾਰ ਵਿੱਚ ਉਹਨੂੰ ਘਾਟਾ ਪੈ ਰਿਹਾ। ਬੇਸ਼ੱਕ ਥੋੜ੍ਹਾ ਚਿਰ ਖੁਸ਼ ਹੋ ਜਾਂਦਾ ਵੀ ਅੱਜ ਤਾਂ ਝੂਠ ਬੋਲ ਕੇ ਲੱਖ ਬਣਾ ਲਿਆ, ਅੱਜ ਝੂਠ ਬੋਲ ਕੇ ਕਰੋੜ ਬਣਾ ਲਿਆ, ਪਰ ਪਾਤਸ਼ਾਹ ਕਹਿੰਦੇ ਉਹਨੂੰ ਪਤਾ ਨਹੀਂ ਵੀ ਤਾਂ ਘਾਟਾ ਪੈ ਰਿਹਾ, ਮੈਨੂੰ ਜ਼ਿੰਦਗੀ ਵਿੱਚ ਘਾਟਾ ਪੈ ਰਿਹਾ ਝੂਠ ਨਾਲ ਜੁੜ ਕੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਜੇ ਹੁਣ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੱਚ ਮੰਨਦੇ ਹਾਂ ਤਾਂ ਇਹੀ ਸੱਚ ਹੈ ਪਿਆਰਿਓ, ਵੀ ਕੂੜ ਨਾਲ ਜੁੜ ਕੇ ਝੂਠ ਨਾਲ ਜੁੜ ਕੇ ਕਦੇ ਕੋਈ ਪਾਸ ਨਹੀਂ ਹੋਇਆ, ਘੱਟ ਹੀ ਪਏ ਨੇ, ਪੈਂਦੇ ਆ ਘਾਟੇ, ਦੁੱਖ ਪੈਂਦੇ ਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਇਹ ਸੇਧ ਦਿੰਦੇ ਆ, ਗੁਰਸਿੱਖੋ ਭਾਈ ਆਓ ਤੁਹਾਨੂੰ ਸੱਚ ਦਾ ਰਸਤਾ ਦੱਸੀਏ, ਆਓ ਭਾਈ ਤੁਹਾਨੂੰ ਸੁੱਖ ਲੈਣ ਦਾ ਰਸਤਾ ਢੰਗ ਦੱਸੀਏ, ਅਤੇ ਸਤਿਗੁਰੂ ਕਿਰਪਾ ਕਰਦੇ ਨੇ।
ਸਾਹਿਬ ਨੇ ਤਾਂ ਇੰਨੀ ਬਰੀਕੀ ਵਿੱਚ ਸਮਝਾਇਆ ਵੀ ਗੁਰਸਿੱਖ ਨੂੰ ਕੋਈ ਆਂਚ ਨਾ ਆਵੇ, ਦੁੱਖ ਨੇੜੇ ਨਾ ਆਵੇ, ਪਰ ਸਾਡੇ ਫਿਰ ਵੀ ਦੁੱਖ ਟੁੱਟਦੇ ਨਹੀਂ, ਕਿਉਂ ਨਹੀਂ ਟੁੱਟਦੇ? ਮਾਲਕ ਦੀ ਘਾਟ ਕੋਈ ਨਹੀਂ ਇੱਥੇ ਸਮਝਾਉਣ ਵੱਲੋਂ, ਕਿਉਂਕਿ ਪਾਤਸ਼ਾਹ ਨੇ ਤਾਂ ਕਹਿ ਦਿੱਤਾ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ ਜਾਂ ਬਾਸ ਵਜਾਈਆ ਫੂਕ। ਪਾਤਸ਼ਾਹ ਕਹਿੰਦੇ ਸੱਚਾ ਸਤਿਗੁਰੂ ਵੀ ਭਾਈ ਕੀ ਕਰੇ ਜਦੋਂ ਮਨ ਦਾ ਹੀ ਸਿੱਖ ਕੋਈ ਨਹੀਂ ਹੈ, ਸਿੱਖਾਂ 'ਚ ਘਾਟ ਹੀ ਨਹੀਂ ਆ ਗਈ, ਚੂਕ ਦਾ ਭਾਵ ਘਾਟ ਹੀ ਹੈ। ਕਹਿੰਦੇ ਹਾਲਤ ਐਸੀ ਹੋ ਗਈ ਜਿਵੇਂ ਬਾਂਸ ਵਾਂਗ ਪੋਰ ਪੈ ਗਿਆ ਵੀ ਇੱਕ ਬੰਨੇ ਦੀ ਪਾਤਾ ਦੂਜੇ ਬੰਨੇ ਨਿਕਲ ਗਿਆ। ਸੁਣਦੇ ਹਾਂ ਵਿਰਲਿਆਂ ਨੂੰ ਛੱਡ ਕੇ ਗੁਰੂ ਪਿਆਰਿਓ, ਗ੍ਰਹਿਣ ਕੋਈ ਵਿਰਲੇ ਕਰਦੇ ਆ, ਨਹੀਂ ਤਾਂ ਸੁਣਿਆ, ਕਿਉਂਕਿ ਬਾਣੀ ਆਪਾਂ ਨਿੱਤ ਸੁਣਦੇ ਆ ਗੁਰੂ ਪਿਆਰਿਓ। ਬੇਅੰਤ ਐਸੇ ਜੀਵ ਸਾਡੇ ਵਰਗੇ ਰੋਜ਼ਾਨਾ ਹੀ ਸੁਣਨ ਵਾਲੇ ਅਤੇ ਪੜ੍ਹਨ ਵਾਲੇ ਵੀ ਹੈ। ਪਰ ਜੇ ਕਿਤੇ ਪੁੱਛੀਏ ਵੀ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਆਉਂਦੀਆਂ ਨਾ ਆਉਂਦੀਆਂ? ਨਹੀਂ ਜੀ। ਕਿਉਂ ਨਹੀਂ ਆਉਂਦੀਆਂ? ਗੁਰੂ ਪਿਆਰਿਓ, ਦੁਨਿਆਵੀ ਗੱਲ ਕੋਈ ਆਪਾਂ ਸੁਣ ਲਈਏ, ਕੋਈ ਕਹਾਣੀ ਸੁਣ ਲਈਏ, ਆਪਾਂ ਕਿਤੋਂ ਵੀ ਗੌਰ ਨਾਲ ਸੁਣਦੇ ਹਾਂ ਸਭ ਕੁਛ, ਕਿਸੇ ਦੀ ਨਿੰਦਿਆ ਸੁਣ ਲਈਏ ਗੌਰ ਨਾਲ ਸੁਣਦੇ ਹਾਂ ਆਪਾਂ, ਅਤੇ ਗੁਰੂ ਪਿਆਰਿਓ ਜੇ ਕੋਈ ਭਾਵੇਂ 10 ਦਿਨਾਂ ਨੂੰ ਕੋਈ ਪੁੱਛੇ ਵੀ ਆਹ ਫਲਾਣੇ ਦੀ ਗੱਲ ਇੱਦਾਂ, ਜੇ ਕੋਈ ਹੋਰ ਤਰੀਕੇ ਨਾਲ ਕਹਿਣ ਲੱਗਦਾ ਇਉਂ ਨਹੀਂ, ਖੂਬ ਹੋ ਉਵੇਂ ਹੀ ਸੁਣਾ ਦਿੰਦੇ ਜਿਵੇਂ ਸੁਣੀ ਹੁੰਦੀ ਆ, ਕਿਉਂਕਿ ਕੂੜ ਅੰਦਰ ਅਤੇ ਕੂੜ ਗ੍ਰਹਿਣ ਕਰ ਲਿਆ ਆਪਾਂ। ਹੁਣ ਬਾਣੀ ਸਾਡੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਪੜ੍ਹਦਿਆਂ ਦੀਆਂ, ਹੁਣ ਪੜ੍ਹ ਕੇ ਹਟੀਏ 10 ਮਿੰਟ ਨੂੰ ਕੋਈ ਪੁੱਛ ਲਵੇ ਪਤਾ ਹੀ ਨਹੀਂ ਹੁੰਦਾ ਸਾਨੂੰ ਵੀ ਕੀ ਪੜ੍ਹਿਆ, ਪਤਾ ਹੀ ਨਹੀਂ ਹੁੰਦਾ ਕੀ ਸੁਣਿਆ, ਕਿਉਂਕਿ ਮਨ ਕਰਕੇ ਸੁਣਿਆ ਨਹੀਂ। ਇਹ ਘਾਟ ਪੈ ਗਈ ਸਾਡੇ 'ਚ। ਮਨ ਕਰਕੇ ਪੁਰਾਤਨ ਇਤਿਹਾਸ ਪੜ੍ਹਦੇ ਹਾਂ, ਗੁਰੂ ਪਿਆਰਿਓ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਹੀ ਬੈਠੇ ਭਾਵ ਤੁਰੇ ਫਿਰਦੇ ਹੀ ਨਿਤਨੇਮ ਕਰਦੇ ਗੁਰੂ ਕੇ ਸਿੰਘ, ਨਿਤਨੇਮ ਨਹੀਂ ਸੀ ਛੱਡਦੇ, ਕਿਉਂਕਿ ਕੰਠ ਸੀ ਬਾਣੀ ਉਹਨਾਂ ਦੇ, ਗੌਰ ਨਾਲ ਪੜ੍ਹਦੇ ਸੁਣਦੇ ਸੀ। ਪਰ ਅੱਜ ਤਾਂ ਸਾਡੇ ਬਹੁਤ ਆਦ ਗਿਣਤੀ ਹੈ, ਮੂਲ ਮੰਤਰ ਦਾ ਹੀ ਪਤਾ ਨਹੀਂ ਵੀ ਕੀ ਹੈ ਮੂਲ ਮੰਤਰ। ਮਾਫ਼ ਕਰਨਾ ਗੁਰੂ ਪਿਆਰਿਓ, ਇਹ ਸਾਡੀ ਸਾਰਿਆਂ ਦੀ ਹਾਲਤ ਹੈ, ਭਾਵੇਂ ਅਸੀਂ ਸੁਣਨ ਵਾਲੇ ਹਾਂ ਭਾਵੇਂ ਸਾਡੇ ਵਰਗੇ ਪੜ੍ਹਨ ਵਾਲੇ ਹੈ, ਬਹੁਤ ਆਤ ਗਿਣਤੀ ਹੈ। ਗੁਰੂ ਕਿਰਪਾ ਕਰਨ ਆਓ, ਆਪਾਂ ਜਿਵੇਂ ਦੁਨਿਆਵੀ ਤੌਰ 'ਤੇ ਨਿੰਦਿਆ ਚੁਗਲੀ ਸੁਣਦੇ ਹਾਂ ਨਾ ਗੌਰ ਨਾਲ, ਕਿਤੇ ਗੁਰੂ ਕੀ ਬਾਣੀ ਗੌਰ ਨਾਲ ਸੁਣਨ ਲੱਗੀਏ, ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ, ਫਿਰ ਸੱਚਾ ਸਤਿਗੁਰੂ ਵੀ ਕਿਰਪਾ ਕਰਦਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਵੀ ਸੱਚਾ ਸਤਿਗੁਰੂ ਕਰੇ ਕੀ ਭਾਈ, ਜੋ ਸਿੱਖਾਂ ਮੈਂ ਚੋਕ, ਸਾਡੇ 'ਚ ਘਾਟ ਆ ਗਈ, ਅੰਧੇ ਏਕ ਨਾ ਲਾਗੀ। ਅੰਧਾ ਕਿਹਨੂੰ ਕਹਿੰਦੇ ਆ ਗੁਰੂ ਪਿਆਰਿਓ? ਇਹ ਨਹੀਂ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਹੁਣ ਇਹਨੂੰ ਨਹੀਂ ਪਤਾ ਲੱਗਦਾ, ਅੰਧੇ ਦਾ ਭਾਵ ਹੈ ਇੱਥੇ ਵੀ ਗਿਆਨ ਤੋਂ ਬਿਨਾਂ ਗੁਰੂ ਪਿਆਰਿਓ, ਜੇ ਅਸੀਂ ਗਿਆਨ ਹੀ ਨਹੀਂ ਲਿਆ ਤਾਂ ਗਿਆਨ ਤੋਂ ਬਿਨਾਂ ਕਹਿੰਦੇ ਭਾਈ ਗੱਲ ਸਮਝ ਹੀ ਨਹੀਂ ਆਉਂਦੀ। ਹੁਣ ਕਮਲੇ ਨੂੰ ਕੁਛ ਮਰਜ਼ੀ ਸੁਣਾਈ ਜਾਈਏ, ਉਹਨੂੰ ਵਿਚਾਰੇ ਨੂੰ ਕੀ ਪਤਾ ਲੱਗਣਾ? ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਜੇ ਅੰਧਾ ਮਨ ਹੈ ਸਾਡਾ ਭਾਈ, ਗਿਆਨ ਨਹੀਂ ਲਿਆ ਨੇ, ਤਾਂ ਗਿਆਨ ਤੋਂ ਬਿਨਾਂ ਇਹਨੂੰ ਇੱਕ ਵੀ ਸਮਝ ਵਿੱਚ ਨਹੀਂ ਆਉਣਾ। ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੇ ਗਿਆਨ ਨੂੰ ਲਈਏ ਅਤੇ ਸਭ ਕੁਛ ਸਮਝ ਵਿੱਚ ਆ ਜਾਏਗਾ। ਜੇ ਗਿਆਨ ਨਾ ਲਿਆ ਤਾਂ ਭਰਮਾਂ ਵਿੱਚ ਪਏਗਾ ਅਤੇ ਗਾਂਹੀ ਵਧੀ ਜਾਣਾ ਇਹ ਕਰਮ। ਇਸੇ ਕਰਕੇ ਆਓ, ਸਤਿਗੁਰੂ ਜੀ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਜੇ ਸੱਚ ਨਾਲ ਜੁੜੇਗਾ ਅਤੇ ਲਾਹਾ ਲੰਮੇਗਾ, ਸੱਚ ਛੱਡ ਕੇ ਕਿਸੇ ਇੱਧਰ ਉੱਧਰ ਹੋਵੇਗਾ, ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਘਾਟੇ ਹੀ ਘਾਟੇ ਪੈਣਗੇ। ਇਸੇ ਕਰਕੇ ਸਾਹਿਬਾ ਇਹ ਰਹਿਮਤ ਕਰਦੇ ਅੱਗੇ 6ਵੀਂ ਪੌੜੀ, ਸੱਚੇ ਸੰਗਤ ਥਾਨ ਸੱਚ ਸੱਚੇ ਕਰ ਬਾਰਾ, ਸੱਚਾ ਭੋਜਨ ਸੱਚ ਪਾਓ ਸੱਚ ਨਾਮ ਅਧਾਰਾ, ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ। ਪਾਤਸ਼ਾਹ ਕਹਿੰਦੇ ਸੱਚੀ ਸੰਗਤ ਥਾਨ ਸੱਚ, ਗੁਰੂ ਕੀ ਸੰਗਤ ਹੈ ਜਿਹੜੀ ਭਾਈ ਸੱਚੀ ਹੈ,
ਅਤੇ ਜਿਹੜਾ ਸੱਚ ਨਾਲ ਜੁੜ ਜਾਂਦਾ ਉਹਦਾ ਸਥਾਨ ਭਾਵ ਉਹ ਸਰੀਰ ਵੀ ਸੱਚਾ ਹੋ ਜਾਂਦਾ। ਗੱਲ ਜੁੜਨ ਦੀ ਹੈ, ਜੇ ਜੁੜ ਜਾਈਏ, ਜੁੜਨ ਦਾ ਭਾਵ ਇਹ ਉਹ ਨਹੀਂ ਹੁੰਦਾ ਵੀ ਅਸੀਂ ਗੁਰੂ ਸਾਹਿਬ ਕੋਲ ਬੈਠ ਕੇ ਅਸੀਂ ਜੁੜ ਗਏ, ਹਾਂ ਜੁੜਨ ਦਾ ਭਾਵ ਹੁੰਦਾ ਗੁਰੂ ਪਿਆਰੇ ਵੀ ਜੋੜ ਪੈ ਜਾਵੇ, ਵੀ ਜੋ ਸੋਚ ਗੁਰੂ ਸਾਹਿਬ ਦੀ ਹੈ ਸਾਡੀ ਸੋਚ ਬਣ ਜਾਵੇ, ਇੱਕ ਹੋ ਜਾਣਾ ਉਹਨੂੰ ਕਹਿੰਦੇ ਹੈ ਬਈ ਜੋੜ ਬਣ ਗਿਆ ਭਾਈ, ਇਹ ਜੁੜ ਗਈ ਹੈ। ਉੱਦਾਂ ਤਾਂ ਆਹ ਜੁੜਨਾ ਤਾਂ ਸਾਡਾ ਪਾਤਸ਼ਾਹ ਕਹਿੰਦੇ ਆ ਬੜੀ ਵਾਰ ਜੁੜ ਜੁੜ ਵਿਛੜੇ ਵਿਛੜ ਜੁੜੇ। ਕਈ ਵਾਰ ਅਸੀਂ ਜੁੜ ਜਾਂਦੇ ਹਾਂ ਅਤੇ ਫਿਰ ਵਿਛੜ ਜਾਂਦੇ ਹਾਂ, ਸਰੀਰ ਕਰਕੇ ਤਾਂ ਅਸੀਂ ਰੋਜ਼ਾਨੇ ਗੁਰੂ ਸਾਹਿਬ ਕੋਲ ਆਉਂਦੇ ਹਾਂ ਅਤੇ ਮੁੜ ਜਾਂਦੇ ਹਾਂ, ਕਿਤੇ ਮਨ ਕਰਕੇ ਗੁਰੂ ਸਾਹਿਬ ਨਾਲ ਜੁੜ ਜਾਈਏ ਅਤੇ ਕਿਤੇ ਮਨ ਕਰਕੇ ਫਿਰ ਮੁੜ ਕੇ ਟੁੱਟੀਏ ਨਾ। ਜੁੜਨਾ ਭਾਵ ਗੁਰੂ ਸਾਹਿਬ ਨਾਲ, ਗੁਰੂ ਸਾਹਿਬ ਨਾਲ ਲੱਗਣਾ। ਸਿੱਧੀ ਪੰਜਾਬੀ ਵਿੱਚ ਬਾਬਾ ਜੀ ਨੇ ਬਚਨ ਕੀਤਿਆ, ਕਹਿੰਦੇ ਗੁਰ ਲਾਗਾ ਤਬ ਜਾਣੀਏ, ਕਹਿੰਦੇ ਜੁੜਿਆ ਹੋਇਆ ਲੱਗਿਆ ਹੋਇਆ ਉਦੋਂ ਜਾਣ ਲਈਏ, ਨਿਸ਼ਾਨੀ ਦੱਸੀਏ ਪਾਤਸ਼ਾਹ ਨੇ ਵੀ ਸਮਝ ਲਵੇ ਕਿਤੇ ਮਨ, ਵੀ ਐਵੇਂ ਨਾ ਕਹੀ ਜਾ ਵੀ ਅਸੀਂ ਤਾਂ ਗੁਰੂ ਨਾਲ ਜੁੜੇ ਹੋਇਆ ਜੀ, ਸਾਡਾ ਅੰਮ੍ਰਿਤ ਛਕਿਆ, ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਿੱਤ ਨੇਮ ਵੀ ਕਰ ਲਈਦਾ, ਸੰਗਤ ਵਿੱਚ ਵੀ ਜਾਈਦਾ। ਪਾਤਸ਼ਾਹ ਨੇ ਨਿਸ਼ਾਨੀ ਦੱਸੀ ਹੈ ਵੀ ਪਿਆਰਿਆ ਜੇ ਤਾਂ ਤੇਰੇ ਵਿੱਚ ਆਹ ਗੁਣ ਆ ਗਿਆ, ਆਹ ਨਿਸ਼ਾਨੀਆਂ ਨੇ ਜੁੜੇ ਹੋਏ ਦੀਆਂ, ਲੱਗੇ ਹੋਏ ਦੀਆਂ ਕਿਹੜੀਆਂ? ਪਾਤਸ਼ਾਹ ਕਹਿੰਦੇ ਗੁਰ ਲਾਗਾ ਤਬ ਜਾਣੀਏ ਤਾਂ ਜਾਣੀ, ਮਿਟੈ ਮੋਹ ਤਨ ਤਾਪ। ਪਾਤਸ਼ਾਹ ਕਹਿੰਦੇ ਆਹ ਤਨ ਸਰੀਰ ਦੇ ਵਿੱਚੋਂ ਮੋਹ ਘੱਟ ਜਾਵੇ ਤੇਰੇ ਅੰਦਰੋਂ, ਐਵੇਂ ਨਾ ਇੱਧਰ ਉੱਧਰ ਬਹੁਤ ਹੁੰਦਾ ਫਿਰੇ ਡੋਲਦਾ ਬਿਲੇ। ਅਤੇ ਪਾਤਸ਼ਾਹ ਕਹਿੰਦੇ ਆਹ ਸਰੀਰ ਤਨ ਦੇ ਵਿੱਚੋਂ ਤੇਰੇ ਤਾਪ ਘੱਟ ਜਾਵੇ, ਤੇਰਾ ਤਾਪ ਨਾ ਵਧੇ। ਤਾਪ ਕਹਿੰਦੇ ਆ ਜਿਹਨੂੰ ਜੈਲਸ ਕਹਿੰਦੇ ਆ, ਈਰਖਾ ਕਹਿੰਦੇ ਆ, ਨਫ਼ਰਤ ਕਹਿੰਦੇ ਆ, ਸਾੜਾ ਕਹਿੰਦੇ ਆ, ਦਵੈਸ਼ ਭਾਵਨਾ। ਜੇ ਇਹ ਤੇਰੇ ਅੰਦਰੋਂ ਸ਼ਾਂਤ ਹੋ ਜਾਵੇ, ਐਵੇਂ ਨਾ ਵੀ ਆ ਫਲਾਣਾ ਸੋ ਮੇਰੇ ਮੂਹਰੇ ਆ ਗਿਆ, ਕਿੱਦਾਂ ਆ ਗਿਆ, ਆ ਮੇਰੇ ਲਾਗੇ ਬਹਿ ਗਿਆ, ਕਿਉਂ ਬਹਿ ਗਿਆ, ਭਾਵ ਕਿ ਇਹ ਈਰਖਾ ਹੈ, ਇਹ ਦਵੈਸ਼ ਭਾਵਨਾ। ਪਾ ਸਕਦੇ ਜੇ ਆਹ ਚੀਜ਼ਾਂ ਤੇਰੇ 'ਚੋਂ ਦੋ ਘੱਟ ਗਈਆਂ ਪਿਆਰਿਆ, ਤਾਂ ਸਮਝ ਲੈ ਤੂੰ ਗੁਰੂ ਸਾਹਿਬ ਨਾਲ ਜੁੜ ਗਿਆ ਹੈ, ਤੂੰ ਲੱਗ ਗਿਆ। ਇਹ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ, ਪੜ੍ਹ ਸਕਦੇ ਹਾਂ ਆਪਾਂ। ਸਾਹਿਬ ਕਹਿੰਦੇ ਬਸ ਤਾਂ ਜਾਣ ਲਈ ਵੀ ਹੁਣ ਮੈਂ ਗੁਰੂ ਸਾਹਿਬ ਨਾਲ ਜੁੜ ਗਿਆ ਹਾਂ, ਲੱਗ ਗਿਆ ਹਾਂ। ਜੇ ਮੇਰੇ ਅੰਦਰੋਂ ਮੋਹ ਘੱਟ ਗਿਆ ਅਤੇ ਅੰਦਰੋਂ ਸਾਡੇ ਤਾਪ ਸ਼ਾਂਤ ਹੋ ਗਿਆ, ਈਰਖਾ ਖਤਮ ਹੋ ਗਈ ਹੈ, ਇਹ ਨਿਸ਼ਾਨੀ ਦੱਸੀ ਹੈ ਪਾਤਸ਼ਾਹ ਨੇ। ਉੱਦਾਂ ਅਸੀਂ ਲੱਖ ਕਹੀਏ ਵੀ ਜੁੜੇ ਹੋਏ ਹਾਂ, ਪਾਤਸ਼ਾਹ ਨਹੀਂ ਮੰਨਦੇ। ਇਸੇ ਕਰਕੇ ਆਓ ਸਤਿਗੁਰੂ ਜੀ ਕਹਿੰਦੇ ਇਹ ਸੱਚੀ ਸੰਗਤ ਗੁਰੂ ਕੀ, ਜੇ ਸਾਡਾ ਸਰੀਰ ਰੂਪੀ ਸਥਾਨ ਸੱਚ ਬਣ ਗਿਆ, ਸੱਚੀ ਸੰਗਤ ਥਾਨ ਸੱਚ, ਫਿਰ ਉਹ ਤੋਂ ਬਾਅਦ 'ਚ ਪਾ ਸਕਦੇ ਓਂ ਰਹਿਮਤ ਹੁੰਦੀ, ਫਿਰ ਸੱਚੇ ਘਰ ਬਾਰ ਆ, ਫਿਰ ਉਹਦਾ ਘਰ ਬਾਰ ਵੀ ਸਭ ਕੁਝ ਸੱਚ ਹੋ ਜਾਂਦਾ ਭਾਈ, ਨਹੀਂ ਤਾਂ ਬਿਨਸਨਹਾਰ ਝੂਠ ਸਭ ਕੁਛ ਹੈ। ਪਰ ਜੇ ਸੱਚੀ ਸੰਗਤ ਵਿੱਚੋਂ ਸੱਚ ਗਿਆਨ ਲੈ ਲਿਆ ਅਤੇ ਪਾਤਸ਼ਾਹ ਕਹਿੰਦੇ ਉਹ ਜਿੱਥੇ ਵੀ ਜਾਏਗਾ ਘਰ ਬਾਰ ਵਿੱਚ ਸਭ ਪਾਸੇ ਉਹਦੇ ਲਈ ਸੱਚ ਹੀ ਸੱਚ ਵਰਤੇਗਾ, ਅਤੇ ਪਾਤਸ਼ਾਹ ਕਹਿੰਦੇ ਉਹਦੇ ਲਈ ਤਾਂ ਫਿਰ ਸੱਚਾ ਭੋਜਨ ਭਾਓ ਸੱਚ, ਕਹਿੰਦੇ ਉਹਦਾ ਭੋਜਨ ਵੀ ਖਾਣਾ ਵੀ ਉਹਦਾ ਸੱਚ ਹੋ ਜਾਏਗਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲਿਆ ਵਿਕਾਰ। ਸੱਚ ਨੂੰ ਛੱਡ ਕੇ ਪਾਤਸ਼ਾਹ ਕਹਿੰਦੇ ਨੇ ਖਾਣਾ ਵੀ ਭਾਈ ਖੁਸ਼ੀਆਂ ਖੁਆਰ ਕਰ ਦਿੰਦਾ, ਖਾਧਾ ਵੀ ਅੰਦਰ ਪੀੜਾ ਖੜੀਆਂ ਕਰਦਾ, ਅੰਦਰ ਗੁਰੂ ਪਿਆਰਿਓ ਸਾਡੇ ਵਿਵਚਾਰ ਖੜੇ ਕਰਦਾ, ਖਾਧਾ ਹੋਇਆ ਵੀ ਜੇ ਸਹੀ ਖਾਣਾ ਨਹੀਂ ਹੈ ਸਾਡਾ, ਪਾਤਸ਼ਾਹ ਕਹਿੰਦੇ ਆ। ਪਰ ਜੇ ਸੱਚ ਨਾਲ ਜੁੜ ਕੇ ਸਮਝ ਲੈ ਕੇ ਖਾਣਾ ਬਣਾ ਲਿਆ ਆਪਣਾ, ਸਮਝ ਕੇ ਖਾਣਾ, ਅਤੇ ਪਾਤਸ਼ਾਹ ਕਹਿੰਦੇ ਨੇ ਉਹ ਭੋਜਨ ਵੀ ਸੱਚਾ ਹੋ ਜਾਂਦਾ, ਚੰਗਾ ਬਣ ਜਾਂਦਾ। ਸੱਚਾ ਭੋਜਨ ਭਾਓ ਸੱਚ, ਅਤੇ ਫਿਰ ਭਾਓ ਸੱਚ, ਭਾਓ ਦਾ ਭਾਵ ਕੀ ਹੈ? ਡਰ ਮਾਲਕ ਦਾ,
ਵੀ ਜੇ ਸੱਚੇ ਦਾ ਡਰ ਅੰਦਰ ਹੈ ਕਿ ਨਾ, ਕਿਉਂਕਿ ਡਰ ਤੋਂ ਬਾਹਰ ਹੀ ਹੋਇਆ ਬੰਦਾ ਗੁਰੂ ਪਿਆਰਿਓ ਖਾਣੇ ਬੇਖਾਣੇ ਖਾਂਦਾ ਫਿਰਦਾ, ਦੇਖਦਾ ਨਹੀਂ ਹੈ ਵੀ ਆਹ ਖਾਣ ਵਾਲਾ ਸਕਣ ਵਾਲਾ ਹੈ, ਆਹ ਪੀਣ ਵਾਲਾ ਹੈ ਕਿ ਨਹੀਂ ਹੈ, ਇਹ ਮੇਰੀ ਸਿਹਤ ਲਈ ਚੰਗਾ ਕਿ ਹਾਨੀਕਾਰਕ ਹੈ, ਕੁਝ ਨਹੀਂ ਦੇਖਦੇ। ਕਿਉਂ ਨਹੀਂ ਵੇਖਦੇ? ਕਿਉਂਕਿ ਸੱਚ ਨਾਲੋਂ ਟੁੱਟ ਗਏ ਹਾਂ। ਪਾਤਸ਼ਾਹ ਜੀ ਕਹਿੰਦੇ ਜੇ ਅੰਦਰ ਸੱਚੇ ਦਾ ਭਾਉ ਹੈ, ਅੰਦਰ ਡਰ ਹੈ ਮਾਲਕ ਦਾ, ਫਿਰ ਭੋਜਨ ਖਾਣ ਪੀਣ ਸਭ ਕੁਝ ਸੱਚਾ, ਅਤੇ ਨਾਲ ਹੀ ਪਾਤਸ਼ਾਹ ਕਹਿੰਦੇ ਸੱਚ ਨਾਮ ਆਧਾਰਾ, ਫਿਰ ਆਸਰਾ ਹੀ ਸੱਚ ਦਾ ਬਣ ਜਾਂਦਾ, ਨਹੀਂ ਤਾਂ ਮਾਫ਼ ਕਰਨਾ ਬਹੁਤ ਤਾਤ ਗਿਣਤੀ ਹੈ। ਕਹਿੰਦੇ ਜਿਸ ਤਾਂ ਨਸ਼ੇ ਕਰਦੇ ਹਾਂ ਵੀ ਸਾਡਾ ਮਨ ਨਹੀਂ ਖੜਦਾ। ਨਸ਼ੇ ਨਾਲ ਕਿਹੜਾ ਖੜ ਜਾਂਦਾ ਪਿਆਰਿਓ, ਥੋੜ੍ਹੇ ਸਮੇਂ ਦਾ ਉਹ ਤਾਂ ਉਦੋਂ ਵੀ ਢਾ ਦਿੰਦਾ, ਖਤਮ ਕਰ ਦਿੰਦਾ ਕਹਾਣੀ, ਐਸੇ ਨਸ਼ੇ ਵਿਸ਼ੇ ਵੱਧ ਜਾਂਦੇ ਆ। ਜਦੋਂ ਪਾਤਸ਼ਾਹ ਦੇ ਨਾਮ ਦਾ ਸੱਚ ਦਾ ਆਸਰਾ ਲੈ ਕੇ ਚੱਲੀਏ, ਪਾਤਸ਼ਾਹ ਜੀ ਕਦੇ ਡਿੱਗਣ ਨਹੀਂ ਦਿੰਦੇ। ਕਿਉਂਕਿ ਸਾਹਿਬ ਨੇ ਆਖਣਾ ਕੀਤਾ ਕਿ ਨਾ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ ਗੁਰੂ ਕੀ ਬਾਣੀ ਵਿੱਚੋਂ, ਸਾਹਿਬ ਕਹਿੰਦੇ ਨੇ ਜੋ ਮੰਦਰ ਕੋ ਥੰਮੈ ਥੰਮਣ, ਤੋ ਗੁਰ ਕਾ ਸ਼ਬਦ ਮਨੀ ਅਸ ਥੰਮਣ, ਮਨ ਨੂੰ ਥੰਮ ਦੇਣ ਵਾਲਾ ਖੜਾਉਣ ਵਾਲਾ। ਸੁਰਹੋ ਵਿਚਾਰ ਆਓ, ਪਾਤਸ਼ਾਹ ਕਹਿੰਦੇ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ, ਮੋਟਾ ਨਾ ਉਤਰਾਈਐ ਗਲ ਔਗਣ ਪਾਰਾ, ਮਾਨਸ ਦਾਤ ਨਾ ਹੋਵੀ ਤੂੰ ਦਾਤਾ ਸਾਰਾ। ਸਾਹਿਬ ਕਹਿੰਦੇ ਰਸ ਭੋਗਣ ਪਾਤ ਸਾਈਆਂ, ਭਾਵੇਂ ਦੁਨੀਆਂ ਦੇ ਅਸੀਂ ਰਸ ਭੋਗਦੇ ਹਾਂ, ਦੁਨੀਆਂ ਦੀਆਂ ਪਾਤਸ਼ਾਹੀਆਂ ਵੱਡੇ ਵੱਡੇ ਅਹੁਦੇ ਮਾਣਦੇ ਹਾਂ, ਪਰ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਦੁੱਖ ਸੁੱਖ ਸੰਘਾਰਾ, ਬਸ ਦੁੱਖਾਂ ਸੁੱਖਾਂ ਦੇ ਵਿੱਚ ਹੀ ਇਹ ਗ੍ਰਸ ਹੋਇਆ ਰਹਿੰਦਾ। ਮੋਟਾ ਨਾ ਉਤਰਾਈਏ ਗੱਲ ਔਗਣ ਭਾਰਾ, ਹੁਣ ਵਿਸਥਾਰ ਜਾਣ ਦਾ ਸਮਾਂ ਨਹੀਂ। ਸਾਹਿਬ ਕਹਿੰਦੇ ਮੋਟਾ ਭਾਵ ਕੇ ਬਹੁਤਾ ਵੱਡਾ ਨਾਮ ਰਖਾ ਲੈਣਾ, ਵੱਡੇ ਨਾਮ ਰਖਵਾਉਣੇ, ਵੱਡੇ ਅਹੁਦੇ ਆਪਣੇ ਨਾਲ ਲਾ ਲੈਣੇ, ਹੋਰ ਬੜਾ ਕੁਛ ਆਪਣੇ ਨਾਮਾਂ ਨਾਲ ਲਾਉਣੇ ਹੀ। ਆਪਾਂ ਹੁਣ ਵਿਸਥਾਰ ਜਾਣ ਦਾ ਸਮਾਂ ਨਹੀਂ ਪਿਆਰਿਓ, ਵਿਖਾਵੇ ਕਰਨ ਦੀ ਖਾਤਰ ਵੀ ਪਤਾ ਲੱਗ ਜੇ ਤਾਂ ਫਲਾਣਾ ਖਾ ਫਲਾਣਾ ਹੈ। ਪਾਤਸ਼ਾਹ ਕਹਿੰਦੇ ਨੇ ਬਈ ਵੱਡੇ ਵੱਡੇ ਨਾਮ ਰਖਾ ਲੈਣੇ, ਇਹ ਤਾਂ ਪਾਤਸ਼ਾਹ ਨੇ ਸਿੱਧ ਜੋਗੀਆਂ ਨੂੰ ਸਮਝਾਉਂਦਿਆਂ ਹੋਇਆਂ ਵੀ ਆਖਣਾ ਕੀਤਾ ਬਾਣੀ ਵਿੱਚ। ਸਤਿਗੁਰੂ ਜੀ ਕਹਿੰਦੇ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਪਰ ਯਾਦ ਰੱਖੋ ਪਾਤਸ਼ਾਹ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ। ਪਾਤਸ਼ਾਹ ਕਹਿੰਦੇ ਜੇ ਮਾਲਕ ਦੀ ਨਜ਼ਰ ਵਿੱਚ ਨਹੀਂ ਹੈ ਕਿ ਨਾ, ਤੂੰ ਮਾਲਕ ਨੂੰ ਭੁਲਾਈ ਫਿਰਦਾ, ਕਿੱਡਾ ਮਰਜ਼ੀ ਨਾ ਰਖਾ ਲੈ, ਦੁਨੀਆਂ 'ਚ ਵਡਿਆਈਆਂ ਲੈਣ ਦੀ ਖਾਤਰ ਪਾਤਸ਼ਾਹ ਕਹਿੰਦੇ ਨੇ ਕਿਸੇ ਬਾਤ ਨਹੀਂ ਪੁੱਛਣੀ, ਤੇਰੀ ਬਾਤ ਨਹੀਂ ਪੁੱਛਣੀ। ਵੱਡਿਆਂ ਦੀ ਐਸੀ ਦੁਨੀਆਂ ਵਿੱਚ ਹਾਲਤ ਹੋਈ, ਇਤਿਹਾਸ ਪੜ੍ਹਦੇ ਆਪਾਂ ਪੁਰਾਤਨ ਪਤਾ ਲੱਗਦਾ ਹੈ, ਬੜੇ ਵੱਡੇ ਵੱਡੇ ਨਾਮ ਰਖਾਏ, ਬੜਾ ਕੁਛ ਕੀਤਾ, ਪਰ ਗੁਰੂ ਪਿਆਰਿਓ ਆਖਰ ਨੂੰ ਕਲੰਕੀ ਮਿਲੇ ਨੇ, ਸੋਭਾ ਨਹੀਂ ਮਿਲੀ। ਇਸੇ ਕਰਕੇ ਸਾਹਿਬ ਕਹਿੰਦੇ ਆ ਮੋਟਾ ਨਾ ਉਤਰਾਈਐ ਗੱਲ ਔਗਣ ਭਾਰ, ਸਗਾ ਤੇ ਔਗਣ ਬਹੁਤਾ ਹੀ ਭਾਰ ਹੋ ਜਾਂਦਾ ਔਗਣਾਂ ਦਾ, ਕਿਉਂਕਿ ਫਿਰ ਮਾਣ ਵਿੱਚ ਮਹਿਸੂਸ ਕਰਦਾ ਜੀਵ ਮਾਨ ਆਪਣੇ ਆਪ ਨੂੰ ਜਦੋਂ ਅਗਲਾ ਵੱਡਾ ਸਾਰਾ ਨਾਂ ਲੈ ਕੇ ਪੁਕਾਰਦਾ। ਪਰ ਇਹ ਯਾਦ ਰੱਖੀਏ ਵਿਰਲੇ ਹੁੰਦੇ ਆ ਜਿਹਨਾਂ ਦਾ ਸਤਿਕਾਰ ਹੁੰਦਾ ਮੂੰਹ 'ਤੇ ਵੀ ਬਾਅਦ 'ਚ ਵੀ, ਨਹੀਂ ਤਾਂ ਅਗਲਾ ਸਾਹਮਣੇ ਆ ਕੇ ਥੋੜ੍ਹਾ ਜਿਹਾ ਨਾਮ ਲੈ ਦਿੰਦਾ, ਬਾਅਦ ਵਿੱਚ ਤਾਂ ਪਤਾ ਨਹੀਂ ਕੀ ਕਹਿੰਦੇ ਆਏ, ਕੀ ਹੋ ਰਿਹਾ ਸੰਸਾਰ 'ਚ। ਇਸੇ ਕਰਕੇ ਇਹ ਪਾਤਸ਼ਾਹ ਕਿਰਪਾ ਕਰਦੇ ਆ, ਮਾਨਸ ਦਾਤ ਨਾ ਹੋ ਵੀ ਤੂੰ ਦਾਤਾ ਸਾਰਾ। ਕਹਿੰਦੇ ਮਾਨਸ ਦੇ ਕੋਲੋਂ ਭਾਈ ਕੁਛ ਨਹੀਂ ਮਿਲਦਾ ਆਹ ਜੀਵਨ, ਮਨੁੱਖ ਦੇ ਕੋਲੋਂ ਅਸੀਂ ਮਨੁੱਖਾਂ ਦੀਆਂ ਆਸਾਂ ਲਾ ਕੇ ਫਿਰਦੇ ਹਾਂ ਕਿ ਨਾ ਕੋਈ ਬੁਲਾਣਾ ਅਹੁਦੇਦਾਰ ਹੈ ਭਾਈ, ਕੁਛ ਦੁਨੀਆਦਾਰੀ ਦੀ ਸ਼ੋਹਰਤ ਆ ਜੇ ਜਦੀ ਦੁਨੀਆਂ ਖਾਣ ਪੀਣ ਵਾਲੇ ਆਲੇ ਦੁਆਲੇ ਇਕੱਠੇ ਹੋਣ ਲੱਗ ਜਾਂਦੇ, ਮੈਂ ਵੀ ਤੇਰਾ ਕਹਿਣ ਲੱਗ ਜਾਂਦੇ, ਪਰ ਦੱਸਦੇ ਪਿਰਦਾ ਸਾਡੇ ਅੱਗੇ ਫਲਾਣਾ ਸੌ ਅਫਸਰ ਹੈ ਜਿਹੜਾ ਮੇਰੀ ਉਹਦੇ ਨਾਲ ਬਣਦੀ ਹੈ, ਕੋਈ ਬਿਰਲੇ ਆ ਗੁਰੂ ਪਿਆਰਿਓ ਜਿਹੜਾ ਕਹਿੰਦਾ ਕੋਈ ਫਲਾਣਾ ਗਰੀਬ ਹੈ ਭਾਈ ਸਾਡੀ ਉਹਦੇ ਨਾਲ ਦੋਸਤੀ ਹੈ।
ਕੋਈ ਬਿਰਲਾ ਹੀ ਹੈ ਗੁਰੂ ਨਾਨਕ ਜੈਸੇ ਸੁਭਾਅ ਵਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਪਹਿਲੀ ਫੇਰੀ ਭਾਵ ਚੱਲੇ ਨੇ ਈਮਨਾਬਾਦ ਪਹੁੰਚੇ, ਕਿੱਥੇ ਪਹੁੰਚੇ ਸੀ? ਮਰਦਾਨੇ ਨੂੰ ਆਖਣਾ ਕੀਤਾ ਸੀ, ਇਹ ਭਾਈ ਮਰਦਾਨਿਆ ਚੱਲ, ਸਾਡਾ ਮਿੱਤਰ ਬੁਲਾ ਰਿਹਾ, ਮਿੱਤਰ ਸਾਨੂੰ ਯਾਦ ਕਰਦਾ, ਪਿਆਰਾ ਸਾਨੂੰ ਯਾਦ ਕਰਦਾ। ਅਤੇ ਜਦੋਂ ਜਾ ਕੇ ਵੇਖਿਆ ਛੋਟਾ ਜਿਹਾ ਮਕਾਨ, ਇੱਕ ਗਰੀਬ ਤਰਖਾਣ ਭਾਈ ਲਾਲੋ ਲੱਕੜ ਘੜ ਰਹੇ ਨੇ, ਆਪਣੇ ਯੌਰ ਬਣਾ ਰਹੇ ਨੇ। ਮਰਦਾਨਾ ਜੀ ਜਾ ਕੇ ਵੇਖਣਾ ਕੀਤਾ ਵੀ ਹੈ ਆਹ ਗੁਰੂ ਨਾਨਕ ਦਾ ਪਿਆਰਾ, ਇਹ ਮਿੱਤਰ। ਗੁਰੂ ਨਾਨਕ ਕਹਿੰਦੇ ਭਲਿਆ, ਸਾਡੇ ਨਾਲ ਬੜਾ ਪਿਆਰ ਹੈ, ਬੜੇ ਚਿਰਾਂ ਤੋਂ ਇਹ ਦਿਲ ਵਿੱਚੋਂ ਆਵਾਜ਼ਾਂ ਮਾਰ ਰਿਹਾ ਸੀ। ਜਾ ਕੇ ਭਾਈ ਲਾਲ ਉਹਨੂੰ ਗਲੇ ਨਾਲ ਲਾਇਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ, ਪਰ ਅੱਜ ਅਸੀਂ ਬਹੁਤਾ ਵੱਡਾ ਅਫਸਰ ਹੈ ਉਹਦੇ ਨਾਮ ਨਾਲ, ਫਲਾਣਾ ਜੀ ਅਸੀਂ ਉਹਨੂੰ ਜਾਣਦੇ ਹਾਂ, ਉਹਦੇ ਨਾਲ ਸਾਡੀ ਮਿੱਤਰਤਾ ਹੈ, ਕੋਈ ਹੈ ਅੱਜ ਗੁਰੂ ਨਾਨਕ ਸਾਹਿਬ ਦੇ ਸੁਭਾਅ ਵਾਲਾ, ਗੁਰੂ ਨਾਨਕ ਨੂੰ ਮੰਨਣ ਵਾਲਾ, ਵੀ ਜਿਹੜਾ ਕਹੇ ਹਾਂ ਭਾਈ ਫਲਾਣਾ ਗਰੀਬ ਹੈ, ਬੜਾ ਸਾਡਾ ਉਹਦੇ ਨਾਲ ਪਿਆਰ ਹੈ, ਪਰ ਉਹ ਨਹੀਂ ਦੱਸੀਦਾ ਪਾ। ਉਹ ਤਾਂ ਜੇ ਕਿਤੇ ਉਹਦਾ ਮਿਲ ਵੀ ਜਾਏ, ਚੰਗੇ ਚਾਰ ਬੰਦਿਆਂ 'ਚ ਖੜਿਆ, ਛੇਤੀ ਕਰਕੇ ਅੱਖ ਨਹੀਂ ਮਿਲਾਈਦੀ ਵੀ ਕਿਤੇ ਬੁਲਾਏਗਾ ਅਗਲਾ, ਕਹੇਗਾ ਵੀ ਇਹਦੇ ਨਾਲ ਯਾਰੀ ਹੈ ਦੀ, ਇਹਦੇ ਨਾਲ ਮਿੱਤਰਤਾ ਹੈ। ਇਸੇ ਕਰਕੇ ਇਹ ਸਤਿਗੁਰੂ ਜੀ ਕਿਰਪਾ ਕਰਨ ਸਮਝਾਉਂਦੇ ਆ ਬਈ ਬਹੁਤੇ ਵੱਡੇ ਵੱਡੇ ਨਾਮ ਰਖਵਾ ਕੇ ਪਿਆਰਿਓ, ਫਿਰ ਤਾਂ ਅਸੀਂ ਇੱਦਾਂ ਔਗੁਣਾਂ ਦੇ ਹੋਰ ਭਾਵ ਕੇ ਭਾਗੀਦਾਰ ਬਣੀ ਜਾਂਦੇ ਹਾਂ। ਇਹ ਸਤਿਗੁਰੂ ਜੀ ਰਹਿਮਤ ਕਰਦੇ ਆ ਸਾਨੂੰ ਸਮਝਾਉਂਦੇ ਆ, ਕਹਿੰਦੇ ਭਾਈ ਜੇ ਇੱਦਾਂ ਮਨੁੱਖਾਂ ਦੇ ਕੋਲੋਂ ਹੀ ਵੱਡਿਆਂ ਦੇ ਵੱਲ ਆਸਾਂ ਕਰਦੇ ਹਾਂ, ਕਹਿੰਦਾ ਦਾਤਾਂ ਨਹੀਂ ਮਿਲਦੀਆਂ, ਦਾਤ ਤਾਂ ਉਹ ਮਾਲਕ ਦੇ ਹੱਥ ਵਿੱਚ ਹੈ। ਕਿਉਂਕਿ ਇਹ ਵੀ ਆਪਾਂ ਬਚਨ ਪੜ੍ਹਦੇ ਹੀ ਹਾਂ, ਮਾਨਸ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕੋ ਇੱਕ ਹੈ ਭਗਵਾਨ, ਇੱਕੋ ਹੀ ਹੈ ਦੇਣ ਵਾਲਾ। ਤਾਂ ਆਸਾ ਮਾਲਕ 'ਤੇ ਰੱਖੀਏ, ਰਹੋ ਵਿਚਾਰ, ਸਭ ਅੱਗੇ ਕਿਰਪਾ ਕਰਦੇ ਨੇ ਆਖਰ ਵਿੱਚ, ਆਗਮ ਆ ਗੋਚਰ ਤੋ ਤਣੀ ਅਬਗਤੁਆ ਪਾਰਾ, ਗੁਰ ਸਭ ਦੀ ਦਰ ਜੋਈਆ ਮੁਕਤੇ ਭੰਡਾਰਾ, ਨਾਨਕ ਮੇਲ ਨਾ ਚੂਕਾਈ ਸਾਚੇ ਬਾਪਾਰਾ। ਸਭ ਆਖਰ ਵਿੱਚ ਰਹਿਮਤ ਕਰਦੇ ਆ ਮਾਲਕ ਦੀ ਉਸਤਤ ਕਰਦੇ ਹੋਏ, ਆਗਮ ਅਗੋਚਰ ਤੂੰ ਧਣੀ, ਇਹ ਮੇਰੇ ਪਾਤਸ਼ਾਹ, ਇਹ ਮੇਰੇ ਵਾਹਿਗੁਰੂ ਜੀ, ਇਹ ਭਗਵਾਨ ਜੀ, ਤੁਸੀਂ ਆਗਮ ਅਗੋਚਰ ਹੋ। ਕਿੰਨੀ ਕੁਸਤਤ ਕਰੀਏ ਤੁਹਾਡੀ, ਸੱਚੇ ਪਾਤਸ਼ਾਹ ਸਾਡੇ ਇੰਦਰਾਂ ਦੀ ਪਕੜ ਤੋਂ ਪਰੇ ਹੋ, ਸੋਚ ਤੋਂ ਪਰੇ ਹੋ, ਅਭਗਤ ਅਪਾਰਾ, ਤੁਸੀਂ ਅਪਰੇ ਅਪਾਰ ਹੋ ਪਾਤਸ਼ਾਹ ਜੀ, ਤੁਸੀਂ ਗਤੀਆਂ ਵਿਧੀਆਂ ਵਿੱਚ ਭਾਵ ਕੇ ਸਾਡੀ ਗਿਣਤੀ ਮਿਣਤੀ ਵਿੱਚ ਆਉਣ ਵਾਲੇ ਨਹੀਂ। ਗੁਰ ਸ਼ਬਦੀ ਦਰ ਜੋਈ ਹੈ ਮੁਕਤੇ ਭੰਡਾਰਾ, ਗੁਰੂ ਕੇ ਸ਼ਬਦ ਦੁਬਾਰਾ ਪਿਆਰਿਓ, ਮੁਕਤੀ ਦਾ ਦਰ, ਮੁਕਤੀ ਦੇ ਭੰਡਾਰੇ ਪ੍ਰਾਪਤ ਹੁੰਦੇ ਨੇ ਗੁਰੂ ਦੀ ਕਿਰਪਾ ਸਦਕਾ ਹੀ, ਗੁਰੂ ਨਰ ਨਾਲ ਜੁੜ ਕਰਕੇ ਹੀ ਆ ਜੀਵਨ ਜਾਂਚ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨਾਨਕ ਮੇਲ ਨਾ ਚੁੱਕਈ ਸੱਚੇ ਵਪਾਰਾ, ਜੇ ਸੱਚ ਦੇ ਵਪਾਰੀ ਬਣ ਜਾਈਏ ਪਾਤਸ਼ਾਹ ਕਹਿੰਦੇ ਫਿਰ ਮਿਲਾਪ ਹੋ ਜਾਏਗਾ, ਮੁੜ ਕੇ ਸਾਡਾ ਵਿਛੋੜਾ ਨਹੀਂ ਪਵੇਗਾ ਇਸ ਜਿੰਦ ਦਾ ਮਾਲਕ ਨਾਲੋਂ, ਨਹੀਂ ਤਾਂ ਵਿਛੋੜੇ ਨੇ। ਬਾਬਾ ਜੀ ਕਹਿੰਦੇ ਬਹੁਤ ਜਨਮ ਬਿਸਰੇ ਥੇ ਮਾਧੋ, ਇੱਕ ਦੋ ਚਾਰ ਦਸ ਵੀਹ ਪੰਜਾਹ ਜਨਮ ਨਹੀਂ, ਪਾਤਸ਼ਾਹ ਕਹਿੰਦੇ ਬੜੇ ਜਨਮ ਵਿਛੜਦਿਆਂ ਨੂੰ ਹੋ ਗਏ ਨੇ, ਪਰ ਅੱਜ ਕਿਰਪਾ ਹੋਈ ਮਨੁੱਖਾਂ ਦੇ ਮਿਲ ਗਈ। ਬਾਬਾ ਜੀ ਕਹਿੰਦੇ ਨੇ ਇਹ ਜਨਮ ਤੁਮਾਰੇ ਲੇਖੇ, ਪਾਤਸ਼ਾਹ ਆ ਜੀਵਨ ਸਾਡਾ ਤੇਰੇ ਲੇਖੇ ਵਿੱਚ ਲੱਗ ਜਾਵੇ।
ਹੁਣ ਲੇਖ 'ਚ ਕਿਵੇਂ ਲੱਗਣਾ? ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੱਸ ਰਹੇ ਨੇ ਵੀ ਇਹ ਪਿਆਰਿਆ ਸੱਚ ਨਾਲ ਜੁੜ ਕੇ ਚੱਲ, ਸੱਚ ਦਾ ਲਾਹਾ ਲੈ, ਨਾਮ ਦੀ ਆਰਾਧਨਾ ਕਰ, ਗੁਰੂ ਕੇ ਸੰਗਤ ਕਰ, ਫਿਰ ਮਾਲਕ ਨਾਲ ਮੇਲ ਬਣ ਜਾਏਗਾ, ਮੁੜ ਕੇ ਕਦੇ ਵਿਛੋੜਾ ਨਹੀਂ ਹੋਏਗਾ। ਨਾਨਕ ਮੇਲ ਨਾ ਚੁੱਕਈ ਸੱਚੇ ਵਪਾਰਾ, ਗੁਰੂ ਕਿਰਪਾ ਕਰਨ ਅਸੀਂ ਸੱਚ ਦਾ ਵਪਾਰ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ ਕਰਕੇ, ਬੇਨਤੀ ਕਰਕੇ ਮੰਗ ਮੰਗੀਏ, ਸਤਿਗੁਰਾ ਸਾਡੇ 'ਤੇ ਰਹਿਮਤ ਕਰੋ, ਤੁਹਾਡਾ ਸੱਚ ਨਾਮ ਉਪਦੇਸ਼ ਬਾਣੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ। ਕਦੇ ਨਾ ਭੁੱਲੀਏ ਪਾਤਸ਼ਾਹ ਤੇਰੇ ਗੁਣ ਗਾਈਏ, ਅਸੀਂ ਵੀ ਇਹੋ ਜਿਹਾ ਜੀਵਨ ਬਣਾਈਏ। ਮਿਹਰ ਕਰ ਦਿਓ ਸਾਡੇ 'ਤੇ ਜੀ, ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਹੋ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ।